ਬਿਰਲੇ ਹੀ ਪੰਜਾਬੀ ਗਾਉਣ ਵਾਲੇ ਫਿਲਮ ਵਾਲੇ ਪੱਲੇ ਕੁਛ ਹੈ। ਇਹ ਤਾਂ ਉਹ ਬੰਦੇ ਹੈ ਜਿਸ ਤਰ੍ਹਾਂ ਨਾ ਗੁਹਾਰੇ ਮਾਂ ਤੇ ਪਾਥੀਆਂ ਕੱਢ ਲਏ ਕਰਾਂ ਆਪਾਂ, ਪਿੱਛੋਂ ਲੋੜ ਖੜੇ ਰਹਿ ਜਾਂ, ਉਹ ਗੁਹਾਰੇ ਹੈ। ਉੱਥੇ ਮੀਂਹ ਪੈ ਜਾ, ਮੜ ਜਾ, ਇਹ ਜਾ ਕੋਈ ਠੁੱਕਰ ਮਾਰੋ, ਸਾਰਾ ਗੁਹਾਰਾ ਹੇਠਾਂ। ਮੈਨੂੰ ਤਾਂ ਲੱਗਾ ਨਾ ਯਾਰ, ਜਿਹੜੀ ਅੱਜ ਦੀ ਤਰੀਕ ਮੈਂ ਕਿਆ ਹੋਣਾ ਚਾਹੀਦਾ, ਜਿਹੜੀ ਪੰਜਾਬੀ ਫਿਲਮ ਆ ਅਤੇ ਪੰਜਾਬੀ ਗਾਇਕੀ ਹੈ, ਇਹਨਾਂ ਪਰ ਕਾਟਾ ਮਾਰਨ ਦੀ ਲੋੜ ਹੈ। ਇਹ ਪੰਜਾਬ ਦੇ ਲੋਕਾਂ ਨੂੰ ਦਿਮਾਗੀ ਤੌਰ 'ਤੇ ਖਤਮ ਕਰ ਰਹੇ ਹਨ। ਪੱਗ ਨੂੰ ਅਲਵਿਦਾ ਕਿਹਾ ਪਹਿਲਾਂ, ਸਭ ਤੋਂ ਪਹਿਲਾਂ ਇਸ ਮਾਮਲੇ ਮੈਂ ਮੇਰਾ ਖਿਆਲ ਹੈ ਵੀ ਗੁਰਦਾਸ ਮਾਨ ਨਿਤਰਿਆ ਦਾ, ਜਿਹਨੇ ਪੱਗ ਹੀ ਛੱਡਤੀ। ਪਰਲੇ ਪੰਜਾਬ ਦੇ ਵਿੱਚ ਉਰਦੂ ਪਾਰੀਆਂ ਨਿਆਣਿਆਂ ਦੇ ਮੂੰਹ ਦੇ ਵਿੱਚ, ਉਰੇ ਹਿੰਦੀ ਔਰ ਅੰਗਰੇਜ਼ੀ, ਉਰੇ ਹਿਨੋਜੀ, ਰੋਜ਼, ਰੈੱਡ, ਵਾਈਟ, ਪਰਪਲ, ਸਾਰਾ ਦਿਨ ਕਹਿੰਦਾ ਮਾਮਾ ਗਾ ਜ਼ੋਰ ਹੈ। ਜਿੰਨੇ ਵੀ ਆ ਬਲੈਤੀ, ਮੈਂ ਸਕੂਲ ਨਹੀਂ ਕਹਿੰਦਾ, ਇਹ ਬੁੱਚੜਖਾਨੇ ਆ ਜਿਹੜੇ, ਬੁੱਚੜਖਾਨੇ ਚੱਲ ਰਹੇ ਨਾ। ਮੈਂ ਇੱਕ ਦਿਨ ਪਹਿਲਾਂ ਕਿਹਾ ਤਾ ਵੀ ਜਿਹੜੀ ਯਾਰ ਤੀਵੀਆਂ ਕਹਾਂ ਵੀ ਟੱਟੀ ਨੂੰ ਪੋਟੀ ਕਹਾਂ, ਉਹ ਗੁਲਗੁਲਾ ਥੋੜ੍ਹੀ ਬਣ ਗਈ, ਉਹ ਟੱਟੀ ਉਹ ਹੈ। ਫਿਰ ਪੰਜਾਬ ਦਾ ਗਦਾਰਾ ਕਾ ਗੜ ਹੈ, ਉਰੇ ਹਿੰਦੀ ਯਾਰ, ਪੰਜਾਬ ਮੋਹਾਲੀ ਮੈਂ ਚਲੇ ਜਾ, 8 ਮੀਟਰ ਪੱਗਾਂ ਪ੍ਰਕਾਸ਼ੇ ਵੀ ਦਾੜੇ ਉਹ ਹਿੰਦੀ ਬੋਲ ਰਹੇ ਨਿਆਣੇ ਕਹਿੰਦੇ। ਕਹਿੰਦਾ ਹੁਣ ਇੱਕ ਦਿਨ ਕਿਹਾ ਹੋਇਆ ਵੀ ਭਰਜਾਈ ਨੇ ਸੂਟ ਪਾਇਆ, ਉਹਨੇ ਫੋਟੋ ਪਾ ਤੀ ਨੈੱਟ ਪਰ, ਪਾਣਾ ਹੀ ਰੋਜ਼ ਕੰਮ। ਕਹਿੰਦਾ ਜੇਠ ਨੇ ਜਦੋਂ ਅੰਗੂਠਾ ਖੜਾ ਕਰਤਾ, ਕਹਿੰਦਾ ਦੇਖੋ ਕਿੱਥੇ ਪਹੁੰਚ ਗਏ, ਜੇਠ ਨੇ ਅੰਗੂਠਾ ਖੜਾ ਕਰਤਾ। ਵੀ ਵਾਹ, ਆਪਾਂ ਕਹਾਂ ਵੀ ਪੰਜਾਬ ਮਾਂ ਦੁਨੀਆ ਬਦਲ ਰਹੀ ਹੈ, ਆਪਾਂ ਕੱਪੜੇ ਉਹਨਾਂ ਦੇ ਪਾ ਰਹੇ ਹਾਂ, ਬੰਦੇ ਚਾਹੇ ਤੀਵੀਆਂ ਸਾਰੇ। ਮੈਂ ਕਿਹਾ ਯਾਰ ਸਵਿਟਜ਼ਰਲੈਂਡ ਦੇ ਵਿੱਚ, ਹੋਲੈਂਡ ਦੇ ਵਿੱਚ, ਪੋਲੈਂਡ ਦੇ ਵਿੱਚ ਕੋਈ ਜਨਾਨੀ ਆਪਣੇ ਵਾਲੇ ਕੱਪੜੇ ਕਿਉਂ ਨਹੀਂ ਪਾਉਂਦੀ, ਝੱਗਾ ਸੁੱਥਣ ਕਿਉਂ ਨਹੀਂ ਪਾਉਂਦੀ, ਬਦਲ ਰਹੀ ਹੈ ਨਾ। ਮਾਰੇ ਉਹਨਾਂ ਨੂੰ ਪਾਉਣੇ ਚਾਹੀਦੇ, ਹਮੇ ਉਹਨਾਂ ਕੇ ਪੀਜ਼ੇ ਬਰਗਰ ਖਾ ਰਹੇ, ਉਹਨੂੰ ਮਾਰਾ ਸਾਗ ਖਾਣਾ ਚਾਹੀਦਾ, ਉੜਦਾਂ ਦੀ ਦਾਲ ਖਾਣੀ ਚਾਹੀਦੀ। ਪਰ ਬਹੁ ਗਿਣਤੀ ਮੀਡੀਆ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਪੰਜਾਬ ਦੇ ਖਿਲਾਫ ਖੜਿਆ, ਔਰ ਪੰਜਾਬ ਦੀਆਂ ਗੋਡਣੀਆਂ ਲਵਾਉਣਾ ਚਾਹਾ, ਜਿਹੜੇ ਬੰਦੇ ਪੰਜਾਬ ਨੂੰ ਜਿਹੜੀਆਂ ਤਾਕਤਾਂ ਤਬਾਹ ਕਰਨਾ ਚਾਹਾਂ, ਉਹਨਾਂ ਦੀ ਗੈਲ ਹੈ ਮੀਡੀਆ, ਉਹਨਾਂ ਦਾ ਹੱਥ ਟੋਕਾ ਐਨ ਪੂਰੀ ਤਰ੍ਹਾਂ। ਸੋ ਜਿਹੜਾ ਇਹ ਪੱਤਰਕਾਰੀ ਦੀ ਡਿਗਰੀ ਫਲਾਣਾ, ਇਹਦਾ ਸਿਰਫ ਇੱਕ ਇਹਨਾਂ ਨੇ ਧੂਤੂ ਫੜੇ ਵੇ ਹੈ, ਉਹ ਅਗਲੇ ਮੂੰਹ ਪਾ ਦੇਣਾ। ਇੱਦਾਂ ਨੂੰ ਤਾਂ ਇਹ ਪੁੱਛ ਲਓ ਯਾਰ, ਪੰਜਾਬ ਦੇ ਪੱਤਰਕਾਰ ਆ, ਪੰਜਾਬ ਮਾਂ ਖਿੱਤੇ ਕਿੰਨੇ ਆ, ਬੋਲੀਆਂ ਕਿੰਨੀਆਂ, ਕਿਹੜਾ ਖਿੱਤਾ ਕਿੱਥੇ ਸ਼ੁਰੂ ਹੁੰਦਾ ਵੀ ਦੱਸੋ, ਪਤਾ ਹੀ ਨਹੀਂ। ਸੋ ਡਿਗਰੀ ਵਾਲੇ ਦਾ ਤਾਂ ਇਹ ਹਾਲ ਹੈ, ਜਿਹੜੇ ਤੀਵੀ ਲਿਖ ਰਹੇ ਹੈ, ਅਖਬਾਰ ਭਰੇ ਪਏ ਹੈ, ਮਹਿਲਾ ਲਿਖ ਰਹੇ, ਆਪਣੇ ਮਹਿਲਾ ਲਿਖ ਰਹੇ ਹੈ, ਵਿਅਕਤੀ ਲਿਖ ਰਹੇ ਹੈ, ਮੈਂ ਤਾਂ ਕਹਿੰਦਾ ਯਾਰ ਸੱਚੀ ਕਹਿ ਰਿਹਾ ਮੈਂ ਕਿ ਵੀ ਇਹ ਪੰਜਾਬੀ ਨੂੰ ਜੁੱਤੀ ਕੇ ਤੜਾ ਰੱਖ ਰਹੇ ਹੈ, ਮਾਰੇ ਸਾਹਮਣੇ ਰੱਖ ਰਹੇ, ਆਰਾਮ ਬੋਲਦੇ ਨੇ। ਇੱਕ ਨਾ ਸਵੇਰੀ ਤਾਸਲਾ ਭਰ ਲੈਣਾ ਚਾਹੀਦਾ ਗੋਹੇ ਦਾ, ਜਿਹੜਾ ਬੰਦਾ ਮਹਿਲਾ ਕਹਿ ਰਿਹਾ ਲਿਖ ਰਿਹਾ ਕਿਤੇ ਵੀ, ਉਹਦੇ ਮੂੰਹ ਮੈਂ ਤਾਸਲਾ ਗੋਹੇ ਦਾ ਪਾਓ। ਇੱਕ ਵਾਰ ਮੈਂ ਸ਼ਾਇਦ ਲਿਖਿਆ ਵੀ ਤਾਂ, ਜਿਹੜੇ ਚੈਨਲਾਂ ਦੇ ਦਫ਼ਤਰ ਹੈ, ਅਖਬਾਰਾਂ ਦੇ ਦਫ਼ਤਰ ਹੈ, ਉੱਥੇ ਸਿਆਸਤਦਾਨਾਂ ਕਾ, ਪੱਤਰਕਾਰਾਂ ਕਾ ਅਤੇ ਸਾਧਾਂ ਕੇ ਡੇਰੇ, ਉਹਨਾਂ ਕਾ ਸਾਰਿਆਂ ਦਾ ਗੱਠਜੋੜ ਹੈ, ਜਿੱਥੇ ਲੋਕਾਂ ਨੂੰ ਕੁੱਟਣੇ ਗੀਆਂ, ਲੁੱਟਣੇ ਗੀਆਂ ਸਕੀਮਾਂ ਘੜ ਰਹੇ ਹੈ। ਪੰਜਾਬ ਤੁਹਾਨੂੰ ਐਂ ਲੱਗਦਾ ਵੀ ਰਾਜਨੀਤਿਕ ਆਗੂ ਜਾਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਪੰਜਾਬ ਨੂੰ ਕੋਈ ਆਗੂ ਚਾਹੀਦਾ, ਕੋਈ ਚਿਹਰਾ ਚਾਹੀਦਾ? ਯਾਰ ਅਸਲ ਮੈਂ ਨਾ, ਪੰਜਾਬ ਦਾ ਆਗੂ ਜਿਹੜਾ ਹੈਗਾ ਨਾ, ਉਹ ਘੀਸੀਆਂ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਇਹ ਘੀਸੀਆਂ ਹੀ ਕਰ ਰਹੇ ਹੈ। ਦਿੱਲੀ ਦੇ ਮੂਹਰੇ ਜਿਹੜਾ ਕੱਲ੍ਹ ਝੰਡਾ ਅਮਲੀ ਦਾ, ਅੱਜ ਕੱਲ੍ਹ ਡੰਡਾ ਅਮਲੀ ਹੈ, ਅਤੇ ਇਹ ਵਿਚਾਰਾ ਤਾਂ ਕੁਛ ਕਹਿ ਨਹੀਂ ਸਕਦਾ, ਕੇਜਰੀਵਾਲ ਬੈਠੇ, ਚੱਡਾ ਬੈਠਿਆ, ਇਹ ਤਾਂ ਬਸ ਭਗਤ ਹੈ, ਕਦੇ ਇੱਧਰ ਨੂੰ ਚਲੇ, ਕਦੇ ਇੱਧਰ ਚਲੇ ਗਿਆ, ਹੁਣ ਇਹਦਾ ਵਿਆਹ ਕਰਤਾ, ਹੁਣ ਵਿਚਾਰਾ ਉੱਧਰ। ਦੇਖੋ ਇਹ ਉੱਧਰ ਕਿੰਨੇ ਡਰਾਮੇ ਕਰੇ ਕਰਦਾ ਤਾ, ਮੈਂ ਪੰਜਾਬ ਵਾਸਤੇ ਨਹੀਂ, ਸਾਰੀਆਂ ਜਿੰਨੀਆਂ ਵੀ ਸੀਗੀਆਂ ਰੀਲਾਂ ਹੀ ਆਈਆਂ ਹਾਸੇ ਵਾਲੀਆਂ, ਸਾਰਾ ਕੁਛ ਹੀ ਰੌਲਾ ਤਾ ਸਾਰਾ ਦਿਨ, ਵੀ ਇਹ ਸਾਰਾ ਗਲਤ ਹੈ, ਮੈਂ ਠੀਕ ਕਰ ਦਿਆਂਗਾ, ਇਹ ਬਾਹਰ ਕੇ ਬੰਦੇ ਭਰਤੀ ਕਰ ਰਿਹਾ। ਭਗਵੰਤ ਮਾਨ ਨੇ ਕਿੰਨੇ ਨੂੰ ਰਾਜਸਥਾਨ ਕੇ ਬੰਦੇ ਭਰਤੀ ਕਰੇ ਨੇ, ਕਿੰਨੇ ਭਰਤੀ ਕਰ ਲਏ, ਹੋਰ ਕਿੰਨੇ ਰਾਜਾਂ ਕਿੱਥੇ, ਮੈਂ ਹਿਮਾਚਲ ਵੜ ਕੇ ਦਿਖਾਓ, ਪਰਚੀ ਕੱਟਾਂ ਗੁਰਦੁਆਰਾ ਨਾ, ਗੁਰੂ ਕਾ ਲਾਹੌਰ ਹੈ, 2 ਕਿਲੋਮੀਟਰ ਅੰਦਰ ਜਾ ਕੇ ਹਿਮਾਚਲ ਵੀ ਪੰਜਾਬ ਇਹਦਾ ਅੰਦਰ ਹੈ, ਉੱਥੇ ਪਰਚੀ ਕੱਟਣੀ ਪਈ, ਸਰਕਾਰੀ ਪਰਚੀ 40 ਰੁਪਏ ਕੱਢ। ਯਾਰ ਮੈਂ ਇੱਕ ਦਿਨ ਰਾਜਪੁਰੇ ਖੜਿਆ ਬਾਈਪਾਸ ਪਰ, ਉੱਥੇ ਨਾ ਮੰਗਤੀਆਂ ਜਿਹਨਾਂ ਦਾ ਕੋਈ ਆ ਨਾ, ਇਸ ਤਰ੍ਹਾਂ ਇਹਦਾ ਆਪਾਂ ਤੰਬੂ ਲਾਏ ਵੀ ਊਈ ਰਹਿ ਰਹੀਆਂ, ਕਿਤੇ ਝੁੱਗੀਆਂ, ਪਤਾ ਹੀ ਨਹੀਂ ਕਿੱਥੇ ਰਹਾਂ, ਉਹ ਕਹਿ ਰਹੀਆਂ ਵੀ ਮਾਨ ਸਰਕਾਰੀ ਬੱਸ ਮੈਂ ਜਾਣਾ ਵਾ ਕਾਸਤੇ, ਮੈਂ ਚੱਕਰ ਕਹਿੰਦੇ ਆਧਾਰ ਕਾਰਡ। ਯਾਰ ਮੰਗਤਿਆਂ ਕੇ ਪਾ, 50-25-30 ਘੰਟੇ ਦੇ ਵਿੱਚ ਨਾ ਪੰਜਾਬ ਮੰਗ ਆਧਾਰ ਕਾਰਡ ਬਣ ਜਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਬਿਹੇ ਦੀ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਬਹੁਤ ਸਾਰੇ ਰੰਗ ਨੇ, ਪਰ ਜਿਹੜੇ ਅੱਜ ਦੇ ਰੰਗ ਆ ਉਹ ਰੰਗ ਬਿਰੰਗੇ ਤਾਂ ਬਹੁਤ ਆ, ਪਰ ਜਿਹੜੇ ਅਸਲ ਦੇ ਵਿੱਚ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਉਹ ਰੰਗ ਫਿੱਕੇ ਲੱਗਦੇ ਆ। ਉਹ ਕਹਿ ਰਹੇ ਨੇ ਵੀ ਪੰਜਾਬ ਦੇ ਵਿੱਚ ਬਹੁਤ ਸਾਰਾ ਕੁਛ ਬਨਾਉਟੀ ਹੋ ਗਿਆ, ਰਲੇਵਾਂ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਦਾ। ਅੱਜ ਇਸੇ ਹੀ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ, ਪੰਜਾਬ ਦੀ ਕਲਾਕਾਰੀ ਨੂੰ ਲੈ ਕੇ, ਪੰਜਾਬ ਦੀਆਂ ਫਿਲਮਾਂ ਨੂੰ ਲੈ ਕੇ, ਉਹ ਵੱਡੇ ਪਰਦੇ ਨੂੰ ਲੈ ਕੇ, ਅਤੇ ਖਾਸ ਕਰਕੇ ਪੰਜਾਬ ਦੀ ਪੱਤਰਕਾਰੀ ਨੂੰ ਲੈ ਕੇ। ਸਾਡੇ ਨਾਲ ਮੌਜੂਦ ਰਹਿਣਗੇ ਬਾਈ ਮਨਜੀਤ ਸਿੰਘ ਰਾਜਪੁਰੀਆ ਜੀ। ਮਨਜੀਤ ਬਾਈ ਸਵਾਗਤ ਆ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਥਵੇਂ ਮਾਰੇ ਇਲਾਕੇ ਦੇ ਵਿੱਚ ਹੈ ਜੀ, ਅਤੇ ਮੋਹਾਲੀ ਮੈਂ ਬੈਠੇ ਹਾਂ ਆਪਾਂ, ਬਹੁਤ ਵਧੀਆ ਹਵਾ ਚੱਲ ਰਹੀ, ਆਨੰਦ ਹੈ ਜੀ। ਸੋ ਮੈਂ ਤੁਹਾਨੂੰ ਕਹਿ ਕਰਾਂ ਯਾਰ ਵੀ ਜਿਹੜਾ ਥਾਰਾ ਇਲਾਕਾ ਹੈ, ਥਾਰੀ ਬੋਲੀ ਹੈ, ਸਾਰੇ ਕਮਾਲ ਹੈ। ਹਾਂ, ਅਤੇ ਪਰ ਮਾਨੂੰ ਜਿਹੜੀ ਅੱਜ ਕੱਲ੍ਹ ਨਵੇਂ ਦੌਰ ਦੀਆਂ ਬਾਤਾਂ, ਉਹਨਾਂ ਨੇ ਸਾਰਾ ਕੁਛ ਸਾਬਤ ਕਰ ਰਿਹਾ ਵੀ ਥਾਰਾ ਸਾਰਾ ਕੁਛ ਘਟੀਆ,
ਵੀ ਹਮੇ ਤੁਹਾਨੂੰ ਦਹੇਗੇ ਜਿਹੜੀ ਵਧੀਆ ਚੀਜ਼ਾਂ ਜੀ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਾਮ ਰੌਲਾ ਬੜਾ ਚੱਲ ਰਿਹਾ ਅਤੇ ਮੈਨੂੰ ਲੱਗਾ ਵੀ ਸਿੱਖਿਆ ਜਿਹੜੀ ਹੈ ਨਾ ਅੱਜ ਦੀ ਸਿੱਖਿਆ ਜੀ ਉਹ ਸਾਰੀ ਥਾਰਾ ਜਿਹੜਾ ਵਜੂਦ ਹੈ ਅਸਲੀ ਹਾਂ ਉਸ ਪਰ ਬਲਡੋਜ਼ਰ ਹੈ ਉਹ ਚਲਾ ਚਲਾ ਕੇ ਤੁਹਾਨੂੰ ਖਤਮ ਕਰ ਰਿਹਾ ਖਤਮ ਕਰ ਰਿਹਾ। ਤੁਹਾਨੂੰ ਲੱਗਦਾ ਵੀ ਜਿੱਥੇ ਅਸੀਂ ਬੈਠੇ ਹਾਂ ਤੁਹਾਡਾ ਇਲਾਕਾ ਗਾ ਇਸ ਇਲਾਕੇ ਦੇ ਵਿੱਚ ਜੇ ਕਲਾ ਦਾ ਖੇਤਰ ਦੇਖਦੇ ਹਾਂ ਅਸੀਂ ਚਾਹੇ ਪੰਜਾਬ ਦੇ ਗਾਇਕ ਦੇਖ ਲਈਏ ਗੀਤਕਾਰ ਦੇਖ ਲਈਏ ਫਿਲਮਾਂ ਬਣਾਉਣ ਵਾਲੇ ਭਾਈ ਦੇਖ ਲਈਏ ਉਹ ਸਾਰੇ ਇੱਥੇ ਇਲਾਕੇ ਦੇ ਵਿੱਚ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਜਾਂ ਮੋਹਾਲੀ ਦੇ ਵਿੱਚ ਖਾਸ ਕਰਕੇ ਵੱਡੀਆਂ ਵੱਡੀਆਂ ਬਿਲਡਿੰਗਾਂ ਪੈ ਗਈਆਂ ਉਹ ਖੁੱਡਿਆਂ ਦੇ ਵਿੱਚ ਰਹਿੰਦੇ ਨੇ ਉਹ ਕੀ ਲੱਗਦਾ ਵੀ ਸਾਰਾ ਕੁਛ ਵਧੀਆ ਹੋ ਰਿਹਾ ਜਿਹੇ ਜਾਂ ਬੰਬੇ ਦੀ ਕਾਪੀ ਕਰਕੇ ਇੱਥੇ ਸਾਰਾ ਸਿਸਟਮ ਉਵੇਂ ਹੀ ਪ੍ਰਮੋਸ਼ਨ ਆ ਸਾਰਾ ਕੁਛ ਚਲੋ ਉਹਨਾਂ ਨੇ ਵੀ ਆਪਦੇ ਉਹ ਕਹਿੰਦੇ ਘਰ ਚਲਾਉਣੇ ਆ ਲੋਕ ਵੀ ਇਹੀ ਦੇਖਦੇ ਉਹ ਆਖਿਰਕਾਰ ਲੋਕਾਂ 'ਚ ਕਸੂਰ ਕੱਢ ਦਿੰਦੇ ਆ ਤੁਹਾਨੂੰ ਲੱਗਦਾ ਵੀ ਸਾਰਾ ਕੁਛ ਠੀਕ ਚੱਲ ਰਿਹਾ ਬਹੁਤ ਲੋਕ ਸੇਵਾ ਵੀ ਕਰ ਰਹੇ ਆ ਮਾਂ ਬੋਲੀ ਦੀ ਕਿ ਨਹੀਂ ਅਸਲ ਮੈਨੂੰ ਮੈਂ ਕੱਲ੍ਹ ਪਰਸੋਂ ਬਾਤ ਕਰ ਰਿਹਾ ਤਾਂ ਆਪਾਂ ਨੌ ਦਾ ਕਾਨੂੰ ਲੈਣਾ ਸਾਰੇ ਇਹੋ ਜਿਹੇ ਅੱਜ ਕੱਲ੍ਹ ਵੀ ਕੋਈ ਫਿਲਮ ਮੈਂ ਦੇਖਣ ਗਏ ਚਲੇ ਗਿਆ ਕੁਦਰਤੀ ਗਲਤੀ ਗੱਲ ਸਾਈਕਲ ਲੈਣ ਗਿਆ ਤਾਂ ਉਹ ਫਿਲਮ ਵਾਲਾ ਖੜਾ ਦੇਖਣਾ ਪਿਆ ਮੈਨੂੰ ਵੀ ਟਾਈਮ ਪਾਸ ਕਰੇ ਜੀ ਮਤਲਬ ਕਿ ਉਹਨਾਂ ਨੇ ਇੱਕ ਮਾਂ ਪੁੱਤ ਕੇ ਰਿਸ਼ਤੇ ਕੀ ਜੋ ਮਿੱਟੀ ਪਲੀਤ ਕਰੀ ਮੈਂ ਕਹਿੰਦਾ ਤਬਾਹੀ ਤੀ ਅਤੇ ਉੱਥੇ ਬੰਦੇ ਹੱਸ ਰਹੇ ਤੇ ਕਿਉਂਕਿ ਉਹ ਸਾਰੀ ਚੀਜ਼ ਨੂੰ ਉਸਕੇ ਵਿੱਚ ਲੈ ਗਏ ਮਾਂ ਪੁੱਤ ਦਾ ਰਿਸ਼ਤਾ ਹੈ ਨੀ ਕਿੱਡਾ ਮਤਲਬ ਕਿ ਭਾਵੁਕਤਾ ਵਾਲਾ ਕਿੱਡਾ ਪੰਜਾਬ ਦਾ ਇੱਕ ਸਰਮਾਇਆ ਵੀ ਮਾਂ ਪੁੱਤ ਹੈ ਮਾਂ ਪੁੱਤ ਉਹਨਾਂ ਨੇ ਸਾਰੀ ਤਬਾਹੀ ਮਚਾ ਤੀ ਫਿਲਮ ਦੇ ਵਿੱਚ ਅਤੇ ਮੈਂ ਮੈਨੂੰ ਪਤਾ ਲੱਗਿਆ ਵੀ ਫਿਲਮ ਨੇ ਬਹੁਤ ਪੈਸੇ ਕਮਾਏ 25-30 ਕਰੋੜ ਰੁਪਇਆ ਕਮਾਇਆ ਪੰਜਾਬੀ ਫਿਲਮ ਪੰਜਾਬੀ ਫਿਲਮ ਨੇ ਪੰਜਾਬੀ ਫਿਲਮਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਪੰਜਾਬ ਗੱਲ ਕੋਈ ਮੈਨੂੰ ਤਾਂ ਲੱਗਦਾ ਨਹੀਂ ਲੇਗਾ ਦੇਗਾ ਉਹਨਾਂ ਨੂੰ ਮਤਲਬ ਕਿ ਅਖਾੜਾ ਇਹ ਹੈ ਵੀ ਇੱਕ ਅੱਧਾ ਗਾਣਾ ਗੁਣਾ ਜਿਹਾ ਪਾਓ ਦੋ ਇਸ਼ਕ ਮੁਸ਼ਕ ਵਾਲੀ ਕਹਾਣੀ ਸ਼ੁਰੂ ਮੇਂ ਪਤਾ ਸ਼ੁਰੂ ਹੋ ਜਾਓ ਜੀ ਅਤੇ ਪੰਜਾਬ ਦਾ ਜਿਹੜਾ ਸਾਰਾ ਕੁਛ ਹੈ ਹੁਣ ਆਪਾਂ ਦੱਖਣ ਦਾ ਸਿਨੇਮਾ ਹੈ ਨੀ ਹਾਂ ਦੱਖਣ ਦੇ ਸਿਨੇਮਾ ਤਾਂ ਮੈਂ ਦੇਖੋ ਤਾਂ ਉਹਨਾਂ ਦੀ ਬੋਲੀ ਹੈ ਉਹਨਾਂ ਦੀਆਂ ਰੋਹ ਰੀਤਾਂ ਉਹਨਾਂ ਦਾ ਪਹਿਰਾਵਾ ਉਹਨੇ ਕੱਪੜੇ ਹੈ ਹੁਣ ਪੰਜਾਬ ਦੇ ਜਿਹੜੇ ਬਹੁਤੇ ਬੜੇ ਗਾਇਕ ਹੈ ਕਲਾਕਾਰ ਹੈ ਵਿੱਚ ਉਹ ਗਾਇਕ ਹੀ ਫਿਲਮਾਂ ਵਾਲੇ ਅਸਲ ਮਾਂ ਜਿਹੜਾ ਗਾਉਂਦਾ ਉਹ ਫਿਲਮ ਦੇ ਵਿੱਚ ਵੀ ਵੜਿਆ ਵਾ ਵਿੱਚ ਵੜਿਆ ਵਾ ਅਤੇ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਜਿੰਨੇ ਗਾਉਣ ਵਾਲੇ ਆ ਜਿਹੜੇ ਫਿਲਮਾਂ ਦੇ ਵਿੱਚ ਬੜੇ ਪਏ ਇਹਨਾਂ ਨੇ ਪੱਗ ਨੂੰ ਅਲਵਿਦਾ ਕਿਹਾ ਪਹਿਲਾਂ ਸਭ ਤੋਂ ਪਹਿਲਾਂ ਇਸ ਮਾਮਲੇ ਮੈਂ ਮੇਰਾ ਖਿਆਲ ਹੈ ਵੀ ਗੁਰਦਾਸ ਮਾਨ ਨਿਤਰਿਆ ਤਾ ਜਿਹਨੇ ਪੱਗ ਹੀ ਛੱਡਤੀ ਮਤਲਬ ਆਪਣਾ ਪੰਜਾਬ ਦਾ ਤਾਜ ਹੈ ਨੀ ਗੁਰੂ ਸਾਹਿਬ ਨੇ ਤਾਂ ਪੱਗ ਨੂੰ ਇੱਕ ਵੱਖਰੀ ਮਾਨਤਾ ਦੇਈ ਹਜ਼ਾਰਾਂ ਸਾਲਾਂ ਦੇ ਪੱਗ ਬੰਨ ਰਹੇ ਆਪਾਂ ਅਤੇ ਪੱਗ ਬਾਰੇ ਮੈਂ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾਵਾਂ ਉਰੇ ਕੀ ਨਹੀਂ ਰਾਜਸਥਾਨ ਗਏ ਉਸ 'ਤੇ ਪਤਾ ਲੱਗਾ ਵੀ ਪੱਗ ਕਿਹੋ ਚੀਜ਼ ਹੈ ਸ਼ਾਹ ਮੁਹੰਮਦ ਹੈ ਆਪਣੇ ਬਾਈ ਚੱਕਤਰ ਸਿੰਘ ਵਾਲਾ ਬਠਿੰਡੇ ਪਿੰਡ ਹੈ ਜੀ ਅਤੇ ਉਹ ਪੰਜਾਬੀ ਯੂਨੀਵਰਸਿਟੀ ਸਾਹਮਣੇ ਕਿਤਾਬਾਂ ਵੇਚਦਾ ਉਹ ਤਾਂ ਇੱਕ ਬਾਈ ਓਂਕਾਰ ਤਾਂ ਬਠਿੰਡੇ ਮੁਕਤਸਰ ਅਤੇ ਹਮੇ ਮੁਕਤਸਰ ਆਪਣੇ ਪੁਸ਼ਕਰ ਮੇਲਾ ਦੇਖਣ ਚਲੇ ਗਏ ਜੀ ਉੱਥੇ ਇੱਕ ਬੰਦੇ ਨੇ ਨਾ ਆ ਟੀਨ ਜੇ ਟਾਪੇ ਲਾ ਕੇ ਇੱਕ ਬਲਗਣ ਜੀ ਕਰੀ ਵੀ ਤੀ ਅਤੇ ਉੱਥੇ ਉਹ ਬਣਾ ਰਿਹਾ ਤਾ ਜਿਹੜੀਆਂ ਮੂਰਤੀਆਂ ਜਣਾਵਾਂ ਰੇਤ ਵਾਲੀਆਂ ਰੇਤੇ ਦੀਆਂ ਮੂਰਤੀਆਂ ਸਮੁੰਦਰ ਦੇ ਕੰਢਿਆਂ ਪਰ ਜੀ ਉਹ ਭਾਈ ਅੰਦਰ ਗਏ ਜਦ ਤਾਂ ਉੱਥੇ ਉਹ ਟਿਕਟ ਲਈ 10 ਰੁਪਏ ਜੀ ਬੈਠ ਗਏ ਇੱਕ ਬੰਦਾ ਕੁਰਸੀ ਉਹ ਬੈਠਿਆ ਤਾਂ ਉਹਨੇ ਰਾਜਸਥਾਨੀ ਪੱਗ ਬੰਨੀ ਵੀ ਤੀ ਮੈਂ ਉਸ ਕਿਲੇ ਬੈਠ ਗਿਆ ਉਹ ਬਾਤਾਂ ਕਰਨ ਲੱਗ ਗਿਆ ਉਹ ਕਹਿ ਰਿਹਾ ਵੀ ਜਿਹੜਾ ਇਹ ਬੰਦਾ ਮੂਰਤੀਆਂ ਬਣਾ ਰਿਹਾ ਮੇਰਾ ਛੋਕਰਾ ਹੈ ਅਗਲੀ ਵਾਰ ਸੁਣੋ ਕਹਿ ਰਿਹਾ ਵੀ ਹਮੇ ਮਰ ਗਏ ਹੈ ਮੈਂ ਕਿਹਾ ਕਿਆ ਹੋ ਗਿਆ ਕਹਿੰਦਾ ਮਾਰੀ ਅਗਲੀ ਪੀੜ੍ਹੀ ਪੱਗ ਨਹੀਂ ਬੰਨਦੀ ਇਹ ਰਾਜਸਥਾਨ ਦਾ ਬੰਦਾ ਕਹਿ ਰਿਹਾ ਤੇ ਪੰਜਾਬ ਦੇ ਵਿੱਚ ਬੰਦੇ ਇਹ ਜਿੰਨੇ ਗਾਉਣ ਵਾਲੇ ਇਹਨਾਂ ਨੂੰ ਦੇਖ ਕੇ ਲੋਕ ਕਰਾਂ ਹਨੀ ਕਾਪੀਆਂ ਫਲਾਉਣਾ ਢਮਕਾਉਣਾ ਜਿਹਨਾਂ ਕੋਲ ਰੀਲਾਂ ਬਣ ਰਹੀਆਂ ਇਹ ਪੱਗ ਨੂੰ ਅਲਵਿਦਾ ਕਹਿ ਚੁੱਕੇ ਆ ਪੰਜਾਬ ਦੀ ਸਭ ਤੋਂ ਬੜੇ ਤਾਜ ਨੂੰ ਇਹਨਾਂ ਬੰਦਿਆਂ ਨੇ ਮਤਲਬ ਕਿ ਪੰਜਾਬੀ ਸੱਭਿਆਚਾਰ ਜਿਹੜਾ ਮੂਲ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਫਿਲਮਾਂ ਇਹਨਾਂ ਨੂੰ ਦੇਖ ਕੇ ਪੰਜਾਬ ਦਾ ਕੋਈ ਆਉਂਦਾ ਹੀ ਨਹੀਂ ਮੈਨੂੰ ਤਾਂ ਲੱਗਾ ਨਾ ਯਾਰ ਜਿਹੜੀ ਅੱਜ ਦੀ ਤਰੀਕ ਮੈਂ ਕਿਆ ਹੋਣਾ ਚਾਹੀਦਾ ਜਿਹੜੀ ਪੰਜਾਬੀ ਫਿਲਮ ਆ ਅਤੇ ਪੰਜਾਬੀ ਗਾਇਕੀ ਹੈ ਇਹਨਾਂ ਪਰ ਕਾਟਾ ਮਾਰਨ ਦੀ ਲੋੜ ਹੈ ਇਹ ਪੰਜਾਬ ਦੇ ਲੋਕਾਂ ਨੂੰ ਦਿਮਾਗੀ ਤੌਰ 'ਤੇ ਖਤਮ ਕਰ ਰਹੇ ਆ ਵੀ ਉਹਨਾਂ ਨੂੰ ਕੋਈ ਆਪਣੀ ਇੱਕ ਬੰਦੇ ਮੈਂ ਬਾਤ ਕਰੀ ਯੂਨੀਵਰਸਿਟੀਆਂ ਪੜ੍ਹਾ ਮੁੰਡਾ ਉਹਨੂੰ ਬਾਤ ਚੱਲ ਗਈ ਗਾਇਕੀ ਕੀ ਕਹਿੰਦਾ ਹਾਂ ਉਹ ਸਹੀ ਕਹਿ ਰਿਹਾ ਵੀ ਆਪਣੀ ਲਾਈਫ ਜੀਓ ਜ਼ਿੰਦਗੀ ਜੀਓ ਆਪਣੀ ਆਨੰਦ ਲਓ ਮੈਂ ਕਿਹਾ ਫਿਰ ਤਾਂ ਭਾਰਾ ਜਿਹੜਾ ਸਾਰਾ ਵਿਰਸਾ ਗੁਰੂ ਸਾਹਿਬ ਵਾਲਾ ਗਦਰੀ ਬਾਬਿਆਂ ਵਾਲਾ ਉਹ ਸੂਰਮਿਆਂ ਵਾਲਾ ਗਲਤ ਹੈ ਹਮੇ ਕਿਉਂ ਕਹਾਂ ਫਿਰ ਵੀ ਹਮੇ ਯਾਰ ਉਹਨਾਂ ਦੇ ਵਾਰਸ ਹੈ ਜਿਹਨਾਂ ਨੇ ਮਾਰੇ ਵਾਸਤੇ ਸਾਰਾ ਕੁਛ ਵਾਰ ਦਿਆ ਹਮੇ ਆਪਣੀ ਜ਼ਿੰਦਗੀ ਜੀਓ ਬਸ ਜੀ ਪਰ ਉਹ ਤਾਂ ਮਾਰੇ ਵਾਸਤੇ ਜੀ ਕੇ ਗਏ ਨਾ ਅਤੇ ਪੱਗ ਪਿੱਛੇ ਮੁਗਲ ਕਹਿੰਦੇ ਵੀ ਪੱਗ ਨਹੀਂ ਬੰਨਣ ਦਿੰਦੇ ਪੱਗ ਤਖ਼ਤ ਤਾਜ ਦਾ ਪ੍ਰਤੀਕ ਹੈ ਘੋੜਾ ਨਹੀਂ ਚੜ੍ਹਨ ਦਿੰਦੇ ਕਿਰਪਾਨ ਰੱਖਣ ਦੇ ਗੁਰੂ ਸਾਹਿਬ ਨੇ ਕਿਹਾ ਵੀ ਹੋਏਗਾ ਅਤੇ ਗਾਇਕੀ ਜਿਹੜੀ ਕਿਆ ਕਰ ਰਹੀ ਹੈ ਅਤੇ ਉਰੇ ਕੋਈ ਆਪਾਂ ਮੋਰਚੇ ਦੇ ਵਿੱਚ ਬੈਠੇ ਹਾਂ ਇਹਨਾਂ ਮੈਂ ਤਾਂ ਕੋਈ ਆਇਆ ਨਹੀਂ ਉਰੀ ਬੜੇ ਵੇ ਆ ਜਿਹੜੇ ਖੁੱਡਿਆਂ ਦੇ ਵਿੱਚ ਕੁੱਕੜਾਂ ਵਾਲਾ ਕੰਮ ਹੈ ਮੋਹਾਲੀ ਦੇ ਵਿੱਚ ਬੈਠੇ ਹਾਂ ਇੱਕ ਦੋ ਹੀ ਆਏ ਨੇ ਇੱਕ ਦੋ ਆਏ ਨਹੀਂ ਕੋਈ ਵੀ ਅਸਲ ਮਤਲਬ ਨਾ ਕਿਸੇ ਪੰਜਾਬ ਵਿਰਲੇ ਹੀ ਪੰਜਾਬੀ ਗਾਉਣੇ ਵਾਲੇ ਫਿਲਮ ਵਾਲੇ ਕੇ ਪੱਲੇ ਕੁਛ ਹੈ ਇਹ ਤਾਂ ਉਹ ਬੰਦੇ ਹੈ ਜਿਸ ਤਰ੍ਹਾਂ ਨਾ ਗੁਹਾਰੇ ਮੈਂ ਪਾਥੀਆਂ ਕੱਢ ਲਏ ਕਰਾਂ ਆਪਾਂ ਪਿੱਛੇ ਲੋੜ ਖੜੇ ਰਹਿ ਜਾਂ ਉਹ ਗੁਹਾਰੇ ਹੈ ਇਹ ਉੱਥੇ ਮੀਂਹ ਪੈ ਜਾ ਮੜ ਜਾ ਇਹੋ ਜਿਹਾ ਕੋਈ ਠੁੱਕਰ ਮਾਰੋ ਸਾਰਾ ਗੁਹਾਰਾ ਹੇਠਾਂ ਹੇਠਾਂ ਪਰ ਲੋਕ ਨਾ ਪ੍ਰਸਿੱਧੀ ਯਾਰ ਪੈਸੇ ਨੇ ਇੰਨੇ ਪਾਗਲ ਕਰਦੇ ਉਹ ਸਮਝਿਆ ਵੀ ਇਹ ਪਤਾ ਨਹੀਂ ਕਿਆ ਚੀਜ਼ ਹੈ ਯਾਰ ਵੀ ਇਹ ਬਹੁਤ ਬੜੇ ਜੋ ਕਹਿ ਰਹੇ ਹੈ ਆਖਰੀ ਸੱਚ ਇਹਨਾਂ ਦੇ ਪਾਸ ਹੈ ਯਾਰ ਹੁਣ ਇਹਨਾਂ ਕੀ ਤਾਮਲਾ ਕੀ ਫਿਲਮਾਂ ਕਹਿੰਦੇ ਵੀ ਹਾਲੀਵੁੱਡ ਵੀ ਪਿੱਛੇ ਸਾਰਾ ਕੁਛ ਛੱਡ ਤਿਆ ਤਬਾਹੀ ਮਚਾਤੀ ਤਬਾਹੀ ਮਚਾਤੀ ਵੀ ਉਹਨਾਂ ਦੇ ਫਿਲਮ ਦੇਖ ਕੇ ਹੁਣ ਆਪਣੇ
ਵੀ ਇੱਕ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਇੱਕ ਬੰਦਾ ਮੁੰਡਾ ਕੁੜੀ ਉਹ ਭੰਗੜੇ ਪਾ ਰਹੇ ਆ ਗੀਤ ਗਾ ਰਹੇ ਆ ਤੇ ਉਹ ਮੇਰੇ ਵਰਗੇ ਚਾਦਰ ਨੇ ਦੇਖ ਕੇ ਕਹਾ ਵੀ ਇਹਦਾ ਭੰਗੜੇ ਪਾਣੇ ਵਰ ਉਹ ਕਹਿੰਦੇ ਜੁਗੀ ਜੁਗੀ ਹਰਾਰਾ ਉਹ ਕੰਮ ਗਾਣੇ ਵਾਲਾ ਚੱਲਦਾ ਸੋ ਇਹ ਸਾਰੀਆਂ ਚੀਜ਼ਾਂ ਨੇ ਨਾ ਇੱਕ ਪੰਜਾਬੀ ਗਾਇਕੀ ਔਰ ਪੰਜਾਬੀ ਸਿਨੇਮੇ ਨੂੰ ਅਸਲ ਮਾ ਇੱਦਾਂ ਲਗਾ ਵੀ ਇਹ ਪੰਜਾਬ ਅੱਗੇ ਖਿਲਾਫ ਖੜਿਆ ਅੱਜ ਦੇ ਤਰੀਕੇ ਵਿੱਚ ਨਾ ਪੰਜਾਬੀ ਗਾਇਕੀ ਪੰਜਾਬੀ ਸਿਨੇਮਾ ਪੰਜਾਬ ਅੱਗੇ ਨਹੀਂ ਖੜਿਆ ਪੰਜਾਬ ਅੱਗੇ ਖਿਲਾਫ ਖੜਿਆ ਕਿਉਂਕਿ ਸਾਰਾ ਦਿਨ ਅਜੇ ਗਾਣੇ ਕੇ ਵੀ ਜ਼ਿਕਰ ਕਾਸ ਚੀਜ਼ ਕਾ ਗੱਡੀਆਂ ਕੋਠੀਆਂ ਕਾਰਾਂ ਮੋਬਾਈਲਾਂ ਦਾ ਜ਼ਿਕਰ ਚੱਲ ਰਿਹਾ ਸਾਰਾ ਦਿਨ ਜੀ ਵੈਗਨ ਫਲਾਣਾ ਰੈਂਜ ਰੋਵਰ ਫਲਾਣਾ ਪਤਾ ਨਹੀਂ ਕਿਹੜੀ ਕਿਹੜੀ ਗੱਡੀਆਂ ਮਤਲਬ ਬੰਦਿਆਂ ਨੂੰ ਲਗਾ ਵੀ ਜੇ ਇਹ ਗੱਡੀ ਨਾ ਹੋਵੇ ਮੇਰੇ ਕੋਲ ਮੈਂ ਤਾਂ ਪਾਗਲ ਹੈ ਅਤੇ ਉਹ ਬੰਦੇ ਰੇ ਜ਼ਮੀਨਾਂ ਵਿਕ ਰਹੀਆਂ ਵਾ ਉਸਦੀ ਬਾਤ ਵੀ ਕਰ ਲੈ ਉਰੇ ਮੋਹਾਲੀ ਚੰਡੀਗੜ੍ਹ ਮਾਰਾ ਇਲਾਕਾ ਹੈ ਨੀ ਜੀ ਬਨੂੜ ਰਾਜਪੁਰੇ ਤੱਕ ਦਿੱਲੀ ਮੈਂ ਮੋਰਚਾ ਲਾਇਆ ਤਾ ਸਭ ਤੋਂ ਬੜਾ ਨਾਰਾ ਤਾ ਵੀ ਜ਼ਮੀਨ ਨਹੀਂ ਦੇਣੀ ਮੈਂ ਅਡਾਨੀ ਬਾਨੀ ਮਾਰੀ ਜ਼ਮੀਨ ਦੇ ਜਾਏਗਾ ਜੀ ਹਵੇ ਗਾਣਾ ਆਇਆ ਕਿਉਂਕਿ ਉਹ ਫਿਰ ਮੌਕੇ ਕੀ ਉਹਦੇ ਨਾਲ ਗਾਣੇ ਵੀ ਕੱਢੇ ਲੋਕਾਂ ਨੇ ਵੀ ਜੇ ਸਾਹਿਬ ਮਾਰੀ ਪੈਲੀ ਮੈਂ ਪੈਰ ਪੈ ਗਿਆ ਫਿਰ ਵੱਢ ਦੇਂਗੇ ਵੱਢ ਦੇ ਮੇਰੀ ਗੈਲ ਚਲੋ ਜਿਹਨਾਂ ਕੀ ਜ਼ਮੀਨ ਨਹੀਂ ਵਿਕੀ ਰੋਂਦੇ ਫਿਰ ਰਹੇ ਰੋਂਦੇ ਆ ਮੇਰੀ ਵਿਕੀ ਨਹੀਂ ਹੋਰ ਸੁਣੋ ਉਹ ਮੋਰਚਾ ਲੱਗਿਆ ਤਾ ਉੱਥੇ ਸ਼ਰਾਬ ਫੈਕਟਰੀ ਵਾਲਾ ਹਨੀ ਜੀਰੇ ਜੀਰੇ ਉਹ ਸ਼ਰਾਬ ਵੀ ਪਾਣੀ ਆ ਗਿਆ ਉਹ ਜ਼ਹਿਰੀਲਾ ਕਰਤਾ ਪਹਿਲਾਂ ਦੱਸੋ ਜ਼ਮੀਨ ਕਿੰਨੇ ਵੇਚੀ ਹੈ ਪਹਿਲਾਂ ਜ਼ਮੀਨ ਵੇਚੀ ਗਈ ਹੈ ਨਾ ਫੈਕਟਰੀ ਤਾਂ ਬਾਅਦ ਮਾਈ ਹੈ ਸਰਪੰਚ ਲਿਖ ਕੇ ਦੇ ਰਿਹਾ ਵੀ ਕੋਈ ਵੀ ਜਿਹੜਾ ਸਰਪੰਚ ਲਿਖਾ ਵੀ ਮਾਰੇ ਇਲਾਕੇ ਫੈਕਟਰੀ ਲੱਗ ਜਾ ਕੋਈ ਤਰਾਜ ਨਹੀਂ ਮਾਰੇ ਰੇ ਘਨੌਰ ਸ਼ੰਭੂ ਵਾਲੀ ਸੜਕ ਪਰ ਫੈਕਟਰੀਆਂ ਲੱਗ ਗਈਆਂ ਉਹ ਪ੍ਰਵਾਸੀ ਭਈਏ ਕਹਿ ਲਏ ਉਹਨਾਂ ਨੂੰ ਪੂਰਬੀਏ ਕਹਿ ਲਓ ਕਹਿੰਦੇ ਭਈਏ ਨੇ ਕਹੋ ਚਲੋ ਜੋ ਵੀ ਹੈ ਉਹ ਭਈਏ ਦੇ ਭਈਏ ਬਣ ਗਏ ਉਹ ਬੈਠੇ ਆ ਸਾਰੇ ਫੈਕਟਰੀ ਦੇ ਪਾਣੀ ਮੇਰੇ ਨਾਨਕੇ ਆ ਉੱਧਰ ਚਮਾਰੂ ਰਾਮਪੁਰ ਚਮਾਰੂ ਮੈਂ ਉੱਥੇ ਗਿਆ ਉਹ ਪਾਣੀ ਲੈ ਗਏ ਪਾਣੀ ਪੀਆ ਮੈਂ ਕਿਹਾ ਯਾਰ ਪਾਣੀ ਕਾ ਯਾਰ ਸਵਾਦ ਖਰਾਬ ਹੈ ਕਹਿੰਦਾ ਇਹ ਫੈਕਟਰੀਆਂ ਲੱਗੀਆਂ ਨਾ ਕਹਿੰਦੇ ਪਾਣੀ ਖਰਾਬ ਹੋ ਗਿਆ ਪਾਣੀ ਖਰਾਬ ਪਰ ਅੱਗੇ ਇੱਕ ਹੋਰ ਬਾਤ ਹੈ ਕਹਿੰਦਾ ਵੀ ਰੌਲਾ ਨਾ ਪਾਇਓ ਕਿਉਂ ਮਾਰੀ ਕਰਿਆ ਜ਼ਮੀਨ ਨਹੀਂ ਵਿਕਣੇਗੀ ਇਹ ਜੱਟ ਕਹਿ ਰਹੇ ਹੈ ਅਤੇ ਜੱਟਾਂ ਨੇ ਨਾਰਾ ਲਾਇਆ ਤਾ ਵੀ ਜ਼ਮੀਨ ਨਹੀਂ ਦੇਣੀ ਅਤੇ ਮੈਂ ਕਦੇ ਕਹਿੰਦੇ ਸੋਚਾਂ ਵੀ ਜਦ ਸਾਰਾ ਪਾਣੀ ਜ਼ਹਿਰੀਲਾ ਹੋ ਜਾਏਗਾ ਹੈ ਨਹੀਂ ਜਦ ਸਾਰਾ ਪਾਣੀ ਖਤਮ ਹੋ ਜਾਏਗਾ ਜ਼ਹਿਰੀਲਾ ਕਰ ਦੇਂਗੇ ਫੈਕਟਰੀਆਂ ਲਾ ਲੈ ਮੈਂ ਜ਼ਮੀਨ ਵੇਚਦੀ ਫੈਕਟਰੀ ਦੇਤੀ ਹੈ ਨਹੀਂ ਫਿਰ ਕਿਆ ਕਰੇਂਗੇ ਵੀ ਗੱਡੀਆਂ ਕੋਠੀਆਂ ਰੁਪਈਆਂ ਬੁੜਕੇ ਮਾਰੇ ਕਰੇਂਗੇ ਬੰਦੇ ਦੀ ਬਾਤ ਸੁਣਾਈ ਦੀ ਬਹੁਤ ਕਮਾਲ ਗਈ ਕਹਿੰਦਾ ਵੀ ਕੋਈ ਬੰਦਾ ਮਾਰੂ ਥਲਮਾ ਭੱਟ ਗਿਆ ਅਤੇ ਉਹ ਕਹਿ ਰਿਹਾ ਵੀ ਰੱਬਾ ਕਿਤੇ ਤਾਂ ਪਾਣੀ ਕੀ ਘੁੱਟ ਮਿਲ ਜਾਏ ਵੀ ਅੱਜ ਜਾਨ ਬਚ ਜਾਏ ਮੇਰੀ ਪਾਣੀ ਚਾਹੀਦਾ ਜੀ ਕਿਉਂਕਿ ਹੈ ਨਹੀਂ ਪਾਣੀ ਮਾਰੂ ਥਲੇ ਅੱਗੇ ਗਿਆ ਤਾਂ ਬੋਤੇ ਮਿਲੇ ਬੋਤੇ ਭਟਕੇ ਵੇ ਕਹਿ ਲਓ ਕੁਛ ਕਹਿ ਲਓ ਸੋਨੇ ਕੇ ਲੱਦੇ ਵੇ ਉਹ ਰੱਬ ਨੂੰ ਕਹਿ ਰਿਹਾ ਕਹਿੰਦਾ ਉਹ ਰੱਬਾ ਅੱਜ ਸੋਨਾ ਨਹੀਂ ਅੱਜ ਪਾਣੀ ਚਾਹੀਦਾ ਜਾਨ ਨਹੀਂ ਬਚਦੀ ਸੋ ਆਰ ਸਭ ਤੋਂ ਬੜਾ ਬਾਤ ਹੈ ਜ਼ਮੀਨ ਵੇਚਦੇ ਖਰੀਦਦੇ ਰਹਾਂ ਕੋਈ ਮੁੱਦਾ ਨਹੀਂ ਹੈਗਾ ਬਾਹਰ ਗਈਆਂ ਕੰਪਨੀਆਂ ਨੂੰ ਵੇਚ ਰਹੇ ਜ਼ਮੀਨ ਹਰ ਮਾਰੇ ਇਲਾਕੇ ਮੇਰਾ ਹਾਲ ਹੋ ਗਿਆ ਉਰੇ ਬੰਦੇ ਨੇ ਫੋਨ ਕਰਿਆ ਦੂਏ ਨੂੰ ਕਹਿੰਦਾ ਮੋਰਚਾ ਨਾ ਲੱਗਣ ਦੇ ਉਰੇ ਕਹਿੰਦਾ ਰੌਲਾ ਪੈ ਜਾਏਗਾ ਵੀ ਉਰੇ ਦਾ ਹਾਲਾਤ ਹੀ ਖਰਾਬ ਹੈ ਯਾਰ ਮੋਰਚੇ ਲੱਗ ਰਹੇ ਆ ਤਾਂ ਕੰਪਨੀ ਮੇਰੀ ਜ਼ਮੀਨ ਨਹੀਂ ਖਰੀਦੇਗੀਆਂ ਇੱਥੋਂ ਤੱਕ ਲੋਕ ਹਾਂ ਇੱਥੇ ਉਰੇ ਆ ਗਏ ਇੰਨਾ ਬੁਰਾ ਹਾਲ ਹੈ ਬਾਈ ਉਹ ਉੱਥੇ ਬਸ ਰੌਲਾ ਪੈਂਦਾ ਰਿਹਾ ਜ਼ਮੀਨ ਨਹੀਂ ਦੇਣੀ ਮਾਨੇ ਉੱਥੇ ਦੋ ਸਾਲ ਬੈਠੇ ਰਹੇ ਫਿਰ ਦੋ ਸਾਲ ਉਹ ਕਾਹਦੇ ਲਈ ਬੈਠੇ ਰਹੇ ਜੇ ਜ਼ਮੀਨ ਵੇਚਣੀ ਜੇ ਕੰਪਨੀ ਔਰ ਬਾਹਰ ਵਾਲਿਆਂ ਦੇਣੀ ਸੀ ਔਰ ਫਿਰ ਹੋਰ ਹੈ ਜਿਹੜਾ ਬਨੂੜ ਤੇ ਲੇਕ ਹੈ ਆਪਣੇ ਚੱਪੜ ਚਿੜੀ ਕੇ ਪੈਰਾਂ ਬੈਠੇ ਦੁਨੀਆਂ ਦੇ ਸਭ ਤੋਂ ਮਹਾਨ ਜੰਗ ਲੜੀ ਗਈ ਜਿੱਥੇ ਨਿਮਾਣੇ ਨਿਤਾਣੇ ਤਖਤਾਂ ਤਾਜਾਂ ਦੇ ਮਾਲਕ ਬਣੇ ਜੀ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਹੈ ਜੀ ਜਿਹੜਾ ਇਹ ਬਨੂੜ ਤੇ ਚੱਪੜ ਚਿੜੀ ਇੱਧਰ ਲੰਡ ਰਹਾ ਸਾਰਾ ਇਸਕੇ ਆਲਾ ਦੁਆਲਾ ਸਾਰੀ ਜ਼ਮੀਨ ਵੇਚਦੀ ਗਈ ਹੈ ਕੰਪਨੀਆਂ ਨੂੰ ਵੇਚੀ ਯਾਰ ਬਾਹਰ ਗਈਆਂ ਨੂੰ ਵੇਚੀ ਹੈ ਬਹੁਤ ਇਹਨਾਂ ਤਾਂ ਦੱਸੋ ਸੋ ਯਾਰ ਮੈਂ ਤਾਂ ਆਪ ਪੰਜਾਬ ਨੂੰ ਵੇਚ ਰਹੇ ਹਾਂ ਮਾਰਾ ਕਿਆ ਇਲਾਜ ਹੋ ਸਕਾ ਔਰ ਹੋਰ ਸੁਣਾਵਾਂ ਅੱਗੇ ਕਿ ਬੋਲੀ ਵਾਲੇ ਮੁੱਦਾ ਨਾ ਪੰਜਾਬ ਵਾਲਾ ਮੁੱਦਾ ਚੱਲ ਰਿਹਾ ਪਰ ਜਿਹੜਾ ਉਹ ਉਰੇ ਬੰਦੇ ਆਏ ਵੇ ਇੱਕ ਬੰਦੇ ਨੇ ਮੈਨੂੰ ਬਾਤ ਸੁਣਾਈ ਕਹਿੰਦਾ ਵੀ ਉਸ ਬੰਦੇ ਨੇ ਕਿਆ ਕਰਿਆ ਵੀ ਪ੍ਰਵਾਸੀ ਬੰਦੇ ਲਿਆ ਕੇ ਪੂਰਬੀ ਲਿਆ ਕੇ ਆਪਣੇ ਪਿੰਡ ਮੈਂ ਵਸਾ 70 ਜੀ 70 ਟੱਬਰ ਉਹਨਾਂ ਸਾਰਿਆਂ ਦੇ ਆਧਾਰ ਕਾਰਡ ਬਣਾਏ ਹਾਂ ਕਹਿੰਦਾ ਮੈਂ ਸਰਪੰਚ ਬਣਨਾ ਲਓ ਜੀ ਉਹਨਾਂ ਦੇ ਸਿਰ ਪਰ ਕਹਿੰਦਾ ਮੈਂ ਸਰਪੰਚੀ ਕਰਾਂਗਾ ਉਰੇ ਸਾਰੇ ਆਲੇ ਦੁਆਲੇ ਪਿੰਡਾਂ ਮੈਂ ਉਬਾੜ ਕੇ ਲੋਕਾਂ ਨੇ ਉਹਨਾਂ ਦੀ ਵੋਟਾਂ ਪਰ ਬਿਠਾ ਲਏ ਕਿਸੇ ਨੇ ਕਿਤੇ ਬਿਠਾ ਲਿਆ ਨਹੀਂ ਵੋਟਾਂ ਬਣਾ ਦੀਆਂ ਸੋ ਇਹ ਹਾਲਾਤ ਇੰਨੇ ਜ਼ਿਆਦਾ ਮਤਲਬ ਕਿ ਉਰੇ ਖਰਾਬ ਹੈ ਮਨਜੀਤ ਭਾਈ ਇੱਕ ਗੱਲ ਦੱਸੋ ਜਿਵੇਂ ਤੁਸੀਂ ਕਲਾਕਾਰੀ ਨੂੰ ਲੈ ਕੇ ਕਿਹਾ ਗਾ ਜਿਹੜੇ ਲਿਖਾਰੀ ਨੇ ਅੱਜ ਦਾ ਗੀਤਕਾਰ ਆ ਚਾਹੇ ਉਹ ਫਿਲਮਾਂ ਲਿਖਣ ਵਾਲੇ ਨੌਜਵਾਨ ਆ ਉਹ ਵੀ ਤੁਹਾਨੂੰ ਲੱਗਦਾ ਗਾ ਵੀ ਜੇ ਪਹਿਲਾਂ ਤਾਂ ਲਿਖਣ ਵਾਲੇ ਦਾ ਇਹੀ ਕੰਮ ਆ ਵੀ ਉਹ ਕਿੱਥੋਂ ਤੱਕ ਆ ਵੀ ਉਹ ਪੜ੍ਹਦੇ ਨਹੀਂ ਹਾਲਾਂਕਿ ਆਪਾਂ ਸਾਰਿਆਂ ਨੂੰ ਇੱਕ ਤੱਕੜੀ 'ਚ ਨਹੀਂ ਤੋਲਾਂਗੇ ਬਹੁਤ ਸਾਰੇ ਵਧੀਆ ਵੀ ਹੋਣਗੇ ਵਧੀਆ ਵੀ ਕੰਮ ਕਰ ਰਹੇ ਆ ਦੇਖੋ ਲਿਖਣ ਵਾਲਾ ਇਸ ਤਰ੍ਹਾਂ ਵੀ ਵਧੀਆ ਲਿਖ ਵੀ ਰਹੇ ਹਾਂ ਬਹੁਤ ਹਾਂ ਪਰ ਫਿਰ ਬਾਤ ਉਹੀ ਆ ਜਾ ਹੁਣ ਪਿੱਛੇ ਰੌਲਾ ਪਿਆ ਤਾ ਵੀ ਸਾਰੇ ਨਹੀਂ ਕਹਿੰਦਾ ਸਾਰੇ ਚੋਰ ਨਹੀਂ ਹੁੰਦੇ ਸਾਰੇ ਸਾਧ ਨਹੀਂ ਹੁੰਦੇ ਹਾਂ ਵਿੱਚੇ ਹੈ
ਸ਼੍ਰੋਮਣੀ ਪੱਤਰਕਾਰੀ ਚਲਾ ਨਹੀਂ, ਪਦਮ ਸ਼੍ਰੀ ਹੈ ਬਹੁਤ ਸਾਰੇ ਸ਼੍ਰੋਮਣੀ ਪੱਤਰਕਾਰ ਹੈ, ਪਿੱਛੇ ਬਹੁਤ ਰੌਲਾ ਪਿਆ ਵੀ ਸ਼੍ਰੋਮਣੀ ਜਿਹੜੀ ਪੱਤਰਕਾਰ ਹੈ ਜਿਹੜੇ ਇਨਾਮ ਲਏ ਗਏ ਹੈ ਆਪਣੇ ਸ਼੍ਰੋਮਣੀ ਲੇਖਕ ਵੀ ਉਹ ਦੋ ਨੰਬਰ ਦੇ ਵਿੱਚ ਮਿਲ ਕੇ ਲਏ ਗਏ, ਜੁੱਟ ਬਣੇ ਹੋਏ ਹੈ ਲੇਖਕਾਂ ਦੇ ਨਾ, ਜੁੱਟ ਬਣੇ ਹੋਏ ਹੈ ਜਿਸ ਤਰ੍ਹਾਂ ਕਾਲੇ ਕੱਛਿਆਂ ਨੇ ਜੁੱਟ ਹੋ ਗਏ ਪਹਿਲਾਂ ਵੀ ਆਪਾਂ ਹੀ ਪਿੰਡ ਲੁੱਟਣਾ, ਉਹ ਕਹਿੰਦੇ ਅਗਲਾ ਪਿੰਡ ਲੁੱਟਣਾ, ਤੇ ਕਲਾ ਇਹਨਾਂ ਕੇ ਲੇਖਕਾਂ ਦੇ ਜੁੱਟ ਹੈ ਵੀ ਆਪਾਂ ਐਤਕੀ ਇਨਾਮ ਜਿਹੜਾ ਫਲਾਣੇ ਬੰਦੇ ਨੂੰ ਦੇਣਾ, ਐਤਕੀ ਆਪਾਂ ਥਰੇ ਵਾਲੇ ਨੂੰ ਅਗਲੀ ਵਾਰੀ ਦੇ ਦੇਣਗੇ, ਸੋ ਇਹ ਮਤਲਬ ਤੇ ਇਹ ਅੱਛਾ ਉਰੇ ਹੁਣ ਆਪਣਾ ਮੋਰਚਾ ਜਿਹੜਾ ਇਹ ਉਹ ਜਿਹੜੇ ਸਿੰਘ ਜਿਹੜੇ ਹੈਗੇ ਆਪਣੀ ਅਣਖ ਵਾਸਤੇ ਲੜੇ ਤੇ ਜੀ, ਇਹ ਸਾਰੇ ਵਾਸਤੇ ਹੀ ਤੇ ਨਾ, ਇਹਨਾਂ ਕੋਲ ਜ਼ਮੀਨ ਪਿੱਛੇ ਤਾਂ ਲੜਿਆ ਨਹੀਂ ਹੈਗਾ, ਆਪਣੇ ਨਿਆਣੇ ਪਿੱਛੇ ਲੜਿਆ, ਜੇਲ੍ਹਾਂ ਉਹ ਬੈਠੇ ਹੈ ਨੀ, ਇਹਨਾਂ ਮੈਂ ਤਾਂ ਕਿਹੜਾ ਆਇਆ, ਉਹ ਉੱਥੇ ਇੱਕ ਪੰਜਾਬੀ ਭਵਨ ਬਣਿਆ ਵਾ ਲੁਧਿਆਣਾ, ਉੱਥੇ ਰੀਬਨ ਕੱਟੀ ਜਾ ਕਿਤਾਬਾਂ ਦੇ, ਕੋਈ ਪਦਮ ਸ਼੍ਰੀ ਆ ਜਾ, ਕੋਈ ਸ਼੍ਰੋਮਣੀ ਪੱਤਰਕਾਰ ਉਹ ਬੈਠੇ, ਇੱਥੇ ਕੋਈ ਨਹੀਂ ਬੋੜਿਆ, ਉਰੇ ਕਿਹੜਾ ਆਇਆ। ਸੋ ਯਾਰ ਮੈਨੂੰ ਤਾਂ ਕਦੇ ਕਦੇ ਲੱਗਾ ਯਾਰ ਵੀ ਹਮੇ ਆਪ ਨਾ ਮਤਲਬ ਪੰਜਾਬ ਕਾ ਭੋਗ ਪਾਉਣਾ ਚਾਹਾਂ, ਵੀ ਪੰਜਾਬੀ ਜਵਾਨ ਕਾ ਵੀ ਪੰਜਾਬ ਕਾ। ਅਤੇ ਆਹ ਜਿਹੜਾ ਇੱਕ ਦਿਨ ਬਾਈ ਲੱਖੇ ਨੇ ਵੀ ਬਾਤ ਕਰੀ ਸੀ, ਮੈਂ ਤਾਂ ਆਪ ਦੇਖਦਾ ਰਹਾ ਵੀ ਜਿਹੜੀਆਂ ਫਿਲਮਾਂ ਵਾ ਗੰਦੇ ਕੰਮ ਕਰਾਂ ਫਿਲਮਾਂ ਦੇ ਵਿੱਚ ਕਰ ਰਹੇ ਆ ਬੰਦੇ, ਤੀਵੀਆਂ ਸਾਰੇ ਹੈ ਨੀ, ਤੀਵੀਂ ਸ਼ਬਦ ਤੁਹਾਨੂੰ ਪਤਾ ਤਰਾਜੋਗ ਹੈ ਪੰਜਾਬੀ ਪੱਤਰਕਾਰੀ ਨੇ ਲੁੱਚਾ ਬਣਾ ਤਿਆ, ਮੈਨੂੰ ਤਾਂ ਤਜਰਬੇ ਹੋਇਆ ਨਾ, ਪੰਜਾਬੀ ਪੱਤਰਕਾਰੀ ਕਹਿ ਰਹੀ ਹੈ ਮਹਿਲਾ ਵਿਅਕਤੀ ਗਠਨ ਗੁਹਾਰ ਆਯੋਜਿਤ ਸੰਪੰਨ ਪ੍ਰਕੋਪ ਪਦ ਉੱਨਤੀਆਂ। ਤੇ ਯਾਰ ਮੈਂ ਸੋਚਾਂ ਵੀ ਜਿਹੜੇ ਬੰਦੇ ਇਹ ਪੰਜਾਬੀ ਦੇ ਸ਼ਬਦਾਂ ਨੂੰ ਕਤਲ, ਮਾਨੂੰ ਕਹਾ ਥਾਰੀ ਬੋਲੀ ਹਿੰਦੀ ਹੈ, ਉਰ ਲਿਖ ਦੇਣਗੇ ਬਹੁਤ ਸਾਰੇ ਵੀਡੀਓ 'ਚ ਟਿੱਪਣੀਆਂ ਕਰੇਗੇ, ਹਰਿਆਣ ਵੀ ਹੈ ਯਾਰ, ਮਾਰੀ ਬੋਲੀ ਨੂੰ ਛੱਡੋ ਪਰ ਰੱਖੋ, ਥਾਰੀ ਬੋਲੀ ਨਹੀਂ ਹੈ, ਥਾਰੀ ਠੇਠ ਹੈ, ਥਾਰੀ ਕੇਂਦਰੀ ਪੰਜਾਬੀ ਹੈ, ਫਿਰ ਮਹਿਲਾ ਕਿੱਥੇ ਤੇ ਆਇਆ, ਤੀਵੀਂ ਹੈ, ਜਨਾਨੀ ਹੈ, ਕੁੜੀ ਹੈ, ਸੁਆਣੀ ਹੈ, ਮੁਟਿਆਰ ਹੈ, ਬੀਬੀ ਹੈ, ਰਕਾਨ ਹੈ, ਹੁਣ ਰਕਾਨ ਵੀ ਬਦਨਾਮ ਹੋ ਗਿਆ ਗਾਣਾ ਕਹਿੰਦੇ ਨਾ, ਰਕਾਨ ਦਾ ਮਤਲਬ ਬਹੁਤ ਸਾਰੇ ਕੰਮਾਂ ਦੇ ਵਿੱਚ ਮਹਾਰਤ ਰੱਖਣ ਵਾਲੀ ਜਨਾਨੀ, ਉਹ ਵੀ ਨਹੀਂ ਹੈ। ਜਿਹੜੇ ਤੀਵੀਂ ਲਿਖ ਰਹੇ ਹੈ, ਅਖਬਾਰ ਭਰੇ ਪਏ ਹੈ, ਮਹਿਲਾ ਲਿਖ ਰਹੇ, ਆਪਣੇ ਮਹਿਲਾ ਲਿਖ ਰਹੇ ਹੈ, ਵਿਅਕਤੀ ਲਿਖ ਰਹੇ ਹੈ, ਮੈਂ ਤਾਂ ਕਹਿੰਦਾ ਯਾਰ ਸੱਚੀ ਕਹਿ ਰਿਹਾ ਮੈਂ, ਕਿਉਂਕਿ ਇਹ ਪੰਜਾਬੀ ਨੂੰ ਜੁੱਤੀ ਕੇ ਤਲੇ ਰੱਖ ਰਹੇ ਹੈ, ਮਾਰੇ ਸਾਹਮਣੇ ਰੱਖ ਰਹੇ, ਆਰਾਮ ਬੋਲਦੇ ਨੇ। ਇੱਕ ਨਾ ਸਵੇਰੀ ਤਾਸਲਾ ਭਰ ਲੈਣਾ ਚਾਹੀਦਾ ਗੋਹੇ ਕਾ, ਜਿਹੜਾ ਬੰਦਾ ਮਹਿਲਾ ਕਹਿ ਰਿਹਾ ਲਿਖ ਰਿਹਾ ਕਿਤੇ ਵੀ, ਉਹਦੇ ਮੂੰਹ ਮੈਂ ਤਾਸਲਾ ਗੋਹੇ ਦਾ ਪਾਓ, ਇਸ ਤੋਂ ਬਿਨਾਂ ਨਹੀਂ ਯਾਰ। ਮਤਲਬ ਯਾਰ ਦੇਖੋ ਬੰਦੇ ਕਹਿੰਦੇ ਸਾਡਾ ਨਿੱਜ ਹੈ ਫਲਾਣਾ, ਨਿੱਜ ਤੇਰਾ ਹੈ, ਤੇਰਾ ਘਰ ਨਿੱਜ ਹੈ, ਤੇਰੇ ਨਿਆਣੇ, ਤੇਰੀ ਬੋਲੀ ਨਿੱਜ ਨਹੀਂ, ਤੇਰਾ ਧਰਮ ਨਿੱਜ ਨਹੀਂ, ਇਹ ਮਾਰਾ ਹੈ ਜੀ। ਜੇ ਤਾਂ ਮੈਂ ਧਰਮ ਯਾਰ ਬੋਲੀ ਦੇ ਵਿੱਚ ਮੈਂ ਰੌਲਾ ਪਾਵਾਂਗੇ ਤਾਂ ਬੰਦੇ ਨੇ ਬੋਲਣਾ ਇਹ ਵੀ ਗੰਦ ਪਾ ਰਹੇ, ਇਹ ਗੰਦ ਪਾ ਰਹੇ ਆ ਜਿੰਨੇ ਵੀ ਚੈਨਲ ਹੈ ਯਾਰ, ਵੋਟਾਂ ਕਿਤੇ ਨੇ ਬਹੁਤ ਰੌਲਾ ਪਿਆ ਨਹੀਂ ਪਿੱਛੇ ਜੀ, ਸੌਦੇ ਹੋਏ ਚੈਨਲ ਆ ਕੇ ਜੀ, ਉਰੇ ਤੱਕ ਹਾਲਾਤ ਪਹੁੰਚ ਗਏ। ਮੈਨੂੰ ਪਤਾ ਲੱਗਿਆ ਵੀ ਇੱਕ ਬੰਦਾ ਕਹਿ ਰਿਹਾ ਪੱਤਰਕਾਰ ਪੰਜਾਬ ਦਾ ਜੀ, ਵੀ ਅਗਲੀ ਵਾਰੀ ਸ਼ਾਇਦ ਮੁੱਖ ਮੰਤਰੀ ਮੈਂ ਹੀ ਬਣ ਜਾ। ਅੱਛਾ ਪੱਕੀ ਗੱਲ ਹੈ? ਹਾਂ ਵੀ ਉਰੇ ਤੱਕ ਪਹੁੰਚ ਚੁੱਕਿਆ ਬੰਦਾ, ਵੀ ਉਹ ਕਹਿੰਦਾ ਵੀ ਅਗਲੀ ਵਾਰੀ ਮੇਰੀ ਹੈ, ਅਗਲੀ ਵਾਰੀ ਮੇਰੀ ਹੈ। ਹਾਂ ਸੋ ਇਹ ਜਿਹੜਾ ਹੈਗਾ ਨਾ ਚੈਨਲਾਂ ਦੇ ਸੌਦੇ ਇੱਥੇ ਤੱਕ, ਤੇ ਤੁਹਾਨੂੰ ਪਤਾ ਹੀ ਹੈ ਯਾਰ ਵੀ ਜਿਹੜੀ ਗੱਲਬਾਤ ਪੁੱਛੀ ਜਾਣੀ ਹੈ, ਸਵਾਲ ਜਵਾਬ ਪੁੱਛੇ ਜਾਣੇ, ਇੰਟਰਵਿਊ ਹੋਣੀ ਹੈ, ਵੀ ਸਵਾਲ ਤਾਂ ਤੈਅ ਹੈ, ਜਵਾਬ ਵੀ ਤੈਅ ਤਾ, ਜਵਾਬ ਔਰ ਸਵਾਲ ਦੋਵੇਂ ਚਾਲੂ ਕਿਸਮ ਦੇ, ਤੇ ਸਿਆਸਤ ਨਾਲ ਨਹੀਂ। ਉਹ ਬੰਦੇ ਵੀ ਨਿੱਜ ਗੱਲ ਤੂੰ ਫਲਾਣਾ, ਉਹ ਇਹ ਹੋਇਆ ਉਹ ਹੋਇਆ, ਉਹ ਮਤਲਬ ਕਿ ਜਾਣ ਬੁੱਝ ਕੇ ਮਤਲਬ ਕਿ ਮਸਾਲਾ। ਹਾਂ ਮਸਾਲਾ। ਹਾਂ ਤੇ ਹੁਣ ਜਿਹੜੀ ਪੰਜਾਬੀ ਪੱਤਰਕਾਰੀ ਹੈ ਉਹ ਪੰਜਾਬ ਗੱਲ ਖੜਨੇ ਤੇ ਭੱਜ ਰਹੀ ਹੈ, ਤੇ ਉਹ ਆਪਣੀ ਨਿੱਜ ਗੱਲ ਖੜੀ ਹੈ। ਤੇ ਫਿਰ ਇੱਥੇ ਸਾਨੂੰ ਇੱਕ ਹੋਰ ਵੀ ਬਹੁਤ ਪਤਾ ਲੱਗਿਆ ਵੀ ਇਹ ਜਿਹੜੇ ਜਦੋਂ ਵੀ ਇਹ ਸਵਾਲ ਜਵਾਬ ਹੁੰਦੇ ਆ, ਜਿਹਨੂੰ ਆਪਾਂ ਇੰਟਰਵਿਊ ਕਹਿ ਦਿੰਦੇ ਹਾਂ, ਵਾਰਤਾਲਾਪ ਹੁੰਦੀ ਆ, ਉਦੋਂ ਕਿਹਾ ਜਾਂਦਾ ਵੀ ਤੁਸੀਂ ਵੱਡੀਆਂ ਪਹਿਲਾਂ ਕਾਰਾਂ ਲੈ ਕੇ ਆਓ, ਸੋਹਣੇ ਕੱਪੜੇ ਪਾ ਕੇ ਰੱਖਿਓ, ਫਿਰ ਅਸੀਂ ਆਵਾਂਗੇ, ਉਹ ਦਿਖਾਵਾਂਗੇ ਕੈਮਰੇ ਲਾ ਕੇ ਉੱਤੇ, ਉਹ ਵੱਡਾ ਡਰੋਨ ਚੱਲਦਾ ਹੋਊ ਜਿਹੜਾ, ਉਹ ਹੈਲੀਕਾਪਟਰ ਆ, ਤੇ ਵੀ ਫਿਰ ਇੰਟਰਵਿਊ ਹੋਊਗਾ, ਇੱਦਾਂ ਦਾ ਵੀ ਆ? ਨਹੀਂ ਬਹੁਤ ਸਾਰਾ ਉਹ ਚੱਲ ਰਿਹਾ ਯਾਰ, ਸਾਰਾ ਕੁਛ ਨਾਟਕਬਾਜ਼ੀ ਹੈ ਯਾਰ। ਮੈਨੂੰ ਤਾਂ ਨਾ ਜਦ ਕੋਈ ਫਿਲਮ ਵਾਲਾ ਮਿਲ ਜਾ, ਮੈਨੂੰ ਤੈਨੂੰ ਪਤਾ ਮੇਰਾ ਕੰਮ ਇਹੋ ਜਿਹਾ ਆਪਣਾ, ਅਤੇ ਖਾਸ ਕਰਕੇ ਗਾਉਣੇ ਵਾਲਾ ਮਿਲ ਜਾ, ਮੈਨੂੰ ਲੱਗਾ ਯਾਰ ਇਹ ਬੰਦਾ ਕਹਿੰਦਾ ਵੀ ਕਿਆ ਕਿਹਾ ਜਾਵੇ ਇਹਦੇ ਬਾਰੇ, ਇਹਦੇ ਬਾਰੇ ਫਿਰ ਇਹਦੀ ਇਹੋ ਜਿਹੇ ਬੰਦੇ ਜਾਂ ਮੈਂ ਕੋਈ ਦੇਖਦਾ ਵੀ ਮੂਰਤਾਂ ਕਚਾਰੇ ਬੰਦੇ, ਮੈਨੂੰ ਉਹਨਾਂ ਦੇ ਬਹੁਤ ਹੱਸੀ ਜਾਂਦੀ, ਮੈਂ ਕਿਹਾ ਤਾਂ ਕਮਾਲ ਹੈ ਯਾਰ, ਇਹਨੇ ਮੇਰੇ ਵੀ ਇਹ ਗੁਹਾਰਾ ਜਿਸਮੇ ਪਾਥੀਆਂ ਨਹੀਂ ਹੈ ਯਾਰ, ਇਹ ਥਾਰੇ ਕਿਸੇ ਕੰਮ ਕਾ ਨਹੀਂ, ਤਾਂ ਮੈਂ ਕਿਹਾ ਫਿਰ ਰੇਸ ਕੇ ਪਿੱਛੇ। ਔਰ ਉਹ ਮੈਂ ਜਿਹੜੀ ਪਹਿਲਾਂ ਬਸ ਵਿੱਚ ਰਹਿ ਗਈ, ਲੱਖਾ ਬਾਈ ਕਹਿੰਦਾ ਵੀ ਇਹ ਜਿਹੜੇ ਗਾਉਂਦੇ ਆ ਅਤੇ ਫਿਲਮਾਂ ਵਾਲੇ ਜਦੋਂ ਗੱਲਬਾਤ ਕਰਦੇ ਆ, ਸਾਰੀ ਗੱਲਬਾਤ ਅੰਗਰੇਜ਼ੀ ਮੈਂ ਹੋ ਇਹਨਾਂ ਦੀ ਜੀ, ਅੰਗਰੇਜ਼ੀ ਹੋ ਜਾਇਆ ਹੋਈ ਯਾਰ, ਦੈਟ ਫਿਲਮ ਵੀ ਉਹ ਵੈਰੀ ਨਾਈਸ ਆਉਂਦਾ ਸੀ ਚਾਸ ਸ਼ੋਅ, ਜੇ ਤੁਹਾਨੂੰ ਯਾਰ ਅੰਗਰੇਜ਼ੀ ਮੈਂ ਬਾਤ ਕਰਨੀ ਹੈ, ਵੀ ਸਾਨੂੰ ਲੱਗਾ ਵੀ ਅੰਗਰੇਜ਼ੀ ਜ਼ਿਆਦਾ ਉੱਚੀ ਜ਼ਬਾਨ ਹੈ, ਅੰਗਰੇਜ਼ੀ 'ਤੇ ਜ਼ਿਆਦਾ ਸਾਰੀ ਗੱਲਬਾਤ ਜ਼ਿਆਦਾ ਅਸਰ ਕਰੇਗੀ ਲੋਕਾਂ ਪਰ, ਤੁਹਾਨੂੰ ਯਾਰ ਅੰਗਰੇਜ਼ੀ ਮੈਂ ਫਿਲਮ ਬਣਾਓ, ਅੰਗਰੇਜ਼ਾਂ ਨੂੰ ਦਿਖਾਓ, ਪੂਰੇ ਅੰਡੇ ਲੈ ਰਹੇ ਹਾਂ, ਪੰਜਾਬ ਮੈਂ ਕਿਆ ਕਰ ਰਹੇ ਤੁਹਾਨੂੰ, ਜੇ ਤੁਹਾਨੂੰ ਅੰਗਰੇਜ਼ੀ ਇਹ ਬੋਲਣੀ ਹੈ ਬਾਈ, ਇਹ ਤਾਂ ਆਪਾਂ ਉਰੇ ਗੁਲਾਮ ਹੋ ਚੁੱਕੇ ਹਾਂ, ਯੂਰਪ ਦੇ ਵਿੱਚ ਫਰਾਂਸ ਸਵਿਟਜ਼ਰਲੈਂਡ ਚਲੇ ਜਾਓ, ਹੋਲੈਂਡ ਚਲੇ ਜਾਓ, ਸਪੇਨ ਚਲੇ ਜਾਓ, ਕਿਤੇ ਵੀ ਬੰਦਾ ਜੇ ਅੰਗਰੇਜ਼ੀ ਬੋਲਦਾ ਬੰਦੇ ਦੇ ਮੂੰਹ ਪਰ ਥੁੱਕਣ ਤੱਕ ਜਾਵਾਂ, ਕਿਉਂ ਕਹਿੰਦੇ ਉਹ ਸ਼ਰੀਕ ਹੈ, ਸ਼ਰੀਕ ਹੈ, ਉਹ ਕਹਿੰਦਾ ਇਹ ਕੌਣ ਹੈ, ਆਪਾਂ ਗੁਲਾਮ ਹੈ,
ਅੰਗਰੇਜ਼ਾਂ ਕੀ ਵਾਲੀ ਅੰਗਰੇਜ਼ੀ ਬੋਲੀ ਜਿਹੜੇ ਉਹ ਕਹਿੰਦੇ ਸ਼ਰੀਕ ਦੇ ਸ਼ਰੀਕ ਖੰਘਣ ਨਹੀਂ ਦਾਗਾ ਤੂੰ ਕਹਣਾ ਹੋਵੇ ਪਿੰਡ ਮਾ ਆਪਾਂ ਸ਼ਰੀਕ ਹੋਵਾਂ ਆਪਾਂ ਕਹਿੰਦਾ ਮਾਰ ਲਾਫੜਾ ਸ਼ਰੀਕ ਹੈ ਆਪਾਂ ਗੁਲਾਮ ਹੈ ਪੂਰੇ ਇੰਨੇ ਹਜ਼ਾਰਾਂ ਸਾਲ ਦੂਰ ਹਜ਼ਾਰਾਂ ਮੀਲ ਸਪੇਨ ਦੇ ਵਿੱਚ ਨਾ ਕਿ ਛੋਟਾ ਜਿਹਾ ਇਲਾਕਾ ਹੈ ਕਤਲੂਣੀਆ ਉਸਦੀ ਬੋਲੀ ਕਤਲਾਨ ਹੈ ਜੀ ਉੱਥੇ ਮੈਨੂੰ ਕਿਸੇ ਨੇ ਦੱਸਿਆ ਉਹ ਢਾਬਾ ਕਰਨ ਗਏ ਤੇ ਅਤੇ ਉਹ ਕਹਿ ਰਹੇ ਬਈ ਉੱਥੇ ਮੈਨੂੰ ਢਾਬਾ ਕਰਨ ਦੇ ਪਹਿਲਾਂ ਮੈਨੂੰ ਕਹਾ ਉਹ ਕਤਲਾਨ ਸਿੱਖਣੀ ਪਈ ਸਪੇਨ ਦੇ ਵਿੱਚ ਜਿਹੜਾ ਮਾਝਾ ਮਾਲਵਾ ਪੁਆਧ ਹੈ ਕਹਿੰਦਾ ਉੱਥੇ ਜੇ ਸਪੇਨ ਦਾ ਬੰਦਾ ਆ ਜੇ ਉਹ ਜੇ ਕਤਲਾਨ ਨਹੀਂ ਬੋਲਦਾ ਉਹ ਕਹਿੰਦੇ ਬਾਹਰ ਕੱਢੋ ਨੂੰ ਪੂਰੇ ਚਾਹ ਰੋਟੀ ਕੁਛ ਨਹੀਂ ਮਾਰੀ ਬੋਲੀ ਬੋਲ ਆਪਣੇ ਇੱਥੇ ਜਿਹੜੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨੂੰ ਕਹਿੰਦੇ ਤਾਂ ਬੇਕਾਰ ਅਨਪੜ੍ਹ ਹੈ ਉਹ ਮੈਂ ਨਾ ਉੱਥੇ ਇੱਤਰੀ ਚਲੇ ਜਾ ਮਾਰੇ ਦਫ਼ਤਰ ਮੈਂ ਕਈ ਵਾਰੀ ਉੱਥੇ ਇੱਕ ਬੀਬੀ ਵਿਚਾਰੀ ਕੰਮ ਕਰਾ ਇੱਧਰ ਮਾਰੇ ਪਿੰਡਾਂ ਦੇ ਨਹੀਂ ਗਏ ਸਫਾਈ ਸਫੂਈ ਕਰਾ ਉਹ ਕਹਾ ਮੈਂ ਕਹਾ ਤੇਰੇ ਵਰਗਾ ਬੰਦਾ ਕਾ ਪੈਰੇ ਕਾ ਮੈਨੂੰ ਸਮਝ ਨਹੀਂ ਆਉਂਦੀ ਤਾਂ ਦਫ਼ਤਰ ਮੈਂ ਕਿਆ ਕਰਦਾ ਫਿਰ ਰਿਹਾ ਮੈਂ ਜੀ ਮੈਂ ਉਹਦਾ ਕੰਮ ਕਰਾਂ ਕਹਿੰਦੇ ਮੈਂ ਇਹੋ ਜਿਹਾ ਬੰਦਾ ਨਹੀਂ ਦੇਖਿਆ ਤੱਕ ਬੰਦਾ ਨਹੀਂ ਦੇਖਿਆ ਇਹੋ ਜਿਹਾ ਆਪਣਾ ਯਾਰ ਪਹਿਰਾਵਾ ਵੀ ਹੁਣ ਮੈਂ ਅੱਜ ਉਰੇ ਮੋਰਚੇ ਮਾਰਿਆ ਤਾਂ ਉਪਰਾਂ ਖੜੇ ਦੇ ਦੋ ਤਿੰਨ ਬੰਦੇ ਉਹ ਮੈਨੂੰ ਕਹਿ ਰਹੇ ਤੇਰੇ ਕੋਈ ਭੰਗੜੇ ਵਾਲਾ ਗਰੁੱਪ ਹੈ ਸਾਡਾ ਮੈਂ ਕਿਹਾ ਯਾਰ ਸੋ ਆਹ ਜਿਹੜਾ ਫਿਲਮਾਂ ਅਤੇ ਪੱਤਰਕਾਰੀ ਹੈ ਨਾ ਅਸਲ ਵਾ ਨਾ ਇੱਕ ਵਾਰ ਮੈਂ ਸ਼ਾਇਦ ਲਿਖਿਆ ਵੀ ਤਾਂ ਜਿਹੜੇ ਚੈਨਲਾਂ ਦੇ ਦਫ਼ਤਰ ਹੈ ਅਖਬਾਰਾਂ ਦੇ ਦਫ਼ਤਰ ਹੈ ਉੱਥੇ ਸਿਆਸਤਦਾਨਾਂ ਕਾ ਪੱਤਰਕਾਰਾਂ ਕਾ ਅਤੇ ਸਾਧਾਂ ਕੇ ਡੇਰੇ ਉਹਨਾਂ ਕਾ ਸਾਰਿਆਂ ਦਾ ਗੱਠਜੋੜ ਹੈ ਜਿੱਥੇ ਲੋਕਾਂ ਨੂੰ ਕੁੱਟਣੇ ਗੀਆਂ ਲੁੱਟਣੇ ਗੀਆਂ ਸਕੀਮਾਂ ਘੱਟ ਰਹੇ ਹੈ ਬਹੁ ਗਿਣਤੀ ਹੈਗੇ ਆ ਜਿਉਂਦੇ ਬੰਦੇ ਮਰਦੇ ਤਾਂ ਕਦੇ ਵੀ ਨਹੀਂ ਇਹ ਨਹੀਂ ਵੀ ਸਾਰੇ ਖਤਮ ਹੋ ਗਏ ਪਰ ਬਹੁ ਗਿਣਤੀ ਮੀਡੀਆ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਪੰਜਾਬ ਦੇ ਖਿਲਾਫ਼ ਖੜਿਆ ਔਰ ਪੰਜਾਬ ਦੀਆਂ ਗੋਡਣੀਆਂ ਲਵਾਉਣਾ ਚਾਹਾਂ ਜਿਹੜੇ ਬੰਦੇ ਪੰਜਾਬ ਨੂੰ ਜਿਹੜੀਆਂ ਤਾਕਤਾਂ ਤਬਾਹ ਕਰਨਾ ਚਾਹਾਂ ਉਹਨਾਂ ਦੀ ਗੈਲ ਹੈ ਮੀਡੀਆ ਉਹਨਾਂ ਦਾ ਹੱਥ ਟੋਕਾ ਐਨ ਪੂਰੀ ਤਰ੍ਹਾਂ ਸੋ ਇਹ ਸਾਰਾ ਕੁਛ ਵਾਪਰ ਗਿਆ ਜਦੋਂ ਹੁਣ ਇਹੀ ਗੱਲ ਆਉਂਦੀ ਆ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਗਾਉਣ ਵਾਲਾ ਕਹਿ ਦਿੰਦਾ ਵੀ ਲੋਕ ਤਾਂ ਇਹੋ ਜਿਹਾ ਸੁਣਨਾ ਪਸੰਦ ਕਰਦੇ ਆ ਅਸੀਂ ਆਪਦੀ ਰੋਜ਼ੀ ਰੋਟੀ ਚਲਾਉਣੀ ਆ ਸਾਡੇ ਪਾਪੀ ਪੇਟ ਦਾ ਸਵਾਲ ਆ ਮੀਡੀਆ ਵਾਲੇ ਕਹਿ ਦਿੰਦੇ ਜੋ ਚੱਲਦੀ ਇਹ ਗਰਮ ਜਿਹੀ ਚੀਜ਼ ਆ ਗਰਮ ਜਿਹਾ ਟਾਈਟਲ ਚੱਲਦਾ ਅਸੀਂ ਹੁਣ ਕੀ ਕਰੀਏ ਉਹ ਐਂ ਕਹਿ ਦਿੰਦੇ ਆ ਉਹਦਾ ਮੈਂ ਸੁਣਾਉਂਦਾ ਇਹ ਬਹਾਨਾ ਦੇਖੋ ਥਮੇ ਮੈਂ ਕਈ ਸਾਲ ਪਹਿਲਾਂ ਇਹ ਬੋਲੀ ਵਾਲਾ ਮੈਨੂੰ ਵੈਸੇ ਤਾਂ ਮੈਂ ਕੋਈ ਉਹ ਨਹੀਂ ਤਾ ਜੀ ਮੈਂ ਉਸ ਬੋਲੀ ਕਰਕੇ ਜਾਣਿਆ ਜਾਹਾਂ ਜਿਸ ਨੂੰ ਲੋਕ ਖੁਦ ਕਹੇ ਤੇ ਵੀ ਗਲਤ ਹੈ ਵੀ ਇਹ ਘਟੀਆ ਬੋਲੀ ਹੈ ਸਟੇਜ ਆਹ ਕੈਮਰੇ ਦੇ ਮੂਹਰੇ ਦਾ ਸੁਪਨਾ ਦਾ ਵੀ ਕੋਈ ਬੰਦਾ ਬੋਲ ਜਾਏਗਾ ਯਾਰ ਮਾਰੀ ਬੋਲੀ ਜਾਂ ਮੇਰੇ ਵਰਗੇ ਬੰਦੇ ਆਪਣੀ ਬਾਤ ਉਹਨੂੰ ਕਹਿ ਲਓ ਚਾਹੇ ਮਨਾ ਗਏ ਚਾਹੇ ਪ੍ਰਵਾਨ ਕਰਾ ਗਏ ਲੋਕ ਅੱਜ ਬੋਲਾਂ ਗਾਣੇ ਆ ਰਹੇ ਮਾਰੀ ਬੋਲੀ ਮੈਂ ਚੈਨਲ ਬਣ ਹੋਰ ਬਹੁਤ ਕੁਛ ਹੋ ਰਿਹਾ ਨਹੀਂ ਜਾਂ ਮੇਰੇ ਵਰਗਾ ਦੁੱਕੀ ਤਿੱਕੀ ਬੰਦਾ ਅਤੇ ਉਹ ਰੋਟੀ ਵੀ ਮੈਂ ਮਾੜੀ ਮੋਟੀ ਕਮਾਈ ਜਾਂ ਚੈਨਲ ਬਾਰੇ ਜਿਹੜੀ ਮੈਨੂੰ ਮਿਲਾ ਤਨਖਾਹ ਅਤੇ ਮੇਰੇ ਵਰਗਾ ਬੰਦਾ ਜੇ ਜਿਉਂਦਾ ਰਹਿ ਸਕਾ ਅਤੇ ਆਪਣੀ ਬੋਲੀ ਜਿਹਨੂੰ ਲੋਕ ਆਪ ਕਹੇ ਤੇ ਇਹ ਕਹਿ ਰਹੇ ਵੀ ਲੋਕ ਨਹੀਂ ਮੰਨਦੇ ਇਹ ਤਾਂ ਉਸ ਤਰ੍ਹਾਂ ਦੀ ਗੱਲ ਹੈ ਜਿਸ ਤਰ੍ਹਾਂ ਨਾ ਐੱਲ ਆਈ ਸੀ ਵਾਲੇ ਬੀਮਾ ਕਰਾਂ ਉਹ ਕਿਆ ਕਰਾਂ ਵੀ 50,000 ਰੁਪਏ ਕਿਸ਼ਤ ਉਹ ਲਾਲਚ ਦੇਣ ਲੱਗ ਜਾਂ ਵੀ ਤੂੰ ਨਾ ਯਾਰ ਵੀ ਮੈਂ ਤੇਰੀ ਕਿਸ਼ਤ 40,000 ਤੂੰ ਭਰੀ 10 ਮੈਂ ਦੇਵਾਂਗਾ ਵੀ ਆਪਣਾ ਕਮਿਸ਼ਨ ਵਿੱਚ ਲਾ ਦੇਵਾਂਗਾ 2 ਸਾਲ ਕਾ ਤੂੰ 10,000 ਛੋੜ ਬੀਮਾ ਮੇਰੇ ਪਾ ਕਰਾ ਉਹ ਹਰੇਕ ਏਜੰਟ ਇਹੀ ਕੰਮ ਕਰ ਰਿਹਾ ਜੀ ਵੀ ਲਾਲਚ ਦੇ ਦੇ ਵੀ ਮੇਰੇ ਪਾ ਬੀਮਾ ਕਰਾ ਮੈਂ ਛੋੜ ਦੇਵਾਂਗਾ ਤੇਰੀ 20,000 ਕਿਸ਼ਤ ਹੈ ਤੂੰ 15 ਦੇਈ ਹੁਣ ਜੇਕਰ ਸਾਰੇ ਏਜੰਟ ਕਹੇ ਮੈਂ ਤਾਂ ਛੋੜ ਦੇਣੀ ਨਹੀਂ ਯਾਰ ਸਾਰੇ ਸਭ ਨੂੰ ਕਰਾਉਣੇ ਪੈਣੇ ਆ ਬੀਮਾ ਤਾਂ ਲੋੜ ਹੈ ਇਸ ਤਰ੍ਹਾਂ ਜਿਹੜੇ ਗਾਇਕ ਤੇ ਫਿਲਮ ਵਾਲੇ ਨਾ ਇਹਨਾਂ ਦਾ ਬਹਾਨਾ ਇਹ ਕਿੰਨੀ ਕੁ ਗੱਡੀਆਂ ਚਾਹੀਦੀਆਂ ਹੋਰ ਕਿੰਨੀ ਕੁ ਕਾਰਾਂ ਚਾਹੀਦੀਆਂ ਕਿੰਨੀ ਕੁ ਜੀ ਵੈਗਨਾਂ ਚਾਹੀਦੀਆਂ ਆਪਸ ਪਾਗਲ ਹੋ ਚੁੱਕੇ ਅਤੇ ਲੋਕ ਦੇਖਦੇ ਕਹਿੰਦੇ ਵਿੱਚ ਉਹ ਆਪਣੀ ਲਈ ਫਿਰ ਸੋ ਇਹ ਸਾਰਾ ਡਰਾਮਾ ਹੈ ਵੀ ਲੋਕ ਪ੍ਰਵਾਨ ਨਹੀਂ ਕਰਦੇ ਥਮੇ ਗਾਈ ਜਾਓ ਤੁਹਾਨੂੰ ਲੋਕਾਂ ਨੂੰ ਸੁਣਨਾ ਪੈਣਾ ਲੋਕ ਬਦਲੇ ਯਾਰ ਕਿਸਾਨੀ ਮੋਰਚੇ ਬਦਲ ਗਏ ਤੇ ਸਾਰੇ ਬਦਲ ਗਏ ਆਪਣੇ ਸਾਹਮਣੇ ਆਇਆ ਨਾ ਕਵਰ ਉਹਨਾਂ ਦੇ ਕਿੰਨੇ ਗੀਤ ਆਏ ਤੇ ਸਾਡੇ ਲਈ ਕਿਲੇ ਬਣ ਗਏ ਸੜਕਾਂ ਦੇ ਪਾਤਸ਼ਾਹ ਹੋਰ ਕਿੰਨੇ ਮਤਲਬ ਗਾਇਕੀ ਸਾਰੀ ਬਦਲ ਗਈ ਸੀ ਇਹਦਾ ਲੰਡੂ ਗਾਇਕੀ ਤਾਂ ਰਹੀ ਹੀ ਨਹੀਂ ਸੀ ਸਾਰੇ ਪਤਾ ਲੱਗ ਗਿਆ ਤਾਂ ਵੀ ਲੋਕ ਸਾਰੇ ਇੱਧਰ ਆ ਗਏ ਤੇ ਉਹਨਾਂ ਨੇ ਕਿਹਾ ਹੁਣੇ ਹੀ ਗਾਓ ਤੇ ਜੇ ਨਾ ਬਦਲਦੇ ਉਸ ਤਰ੍ਹਾਂ ਹੀ ਗਾਉਂਦੇ ਰਹੇ ਤਾਂ ਵੀ ਕੁਛ ਨਹੀਂ ਹੁੰਦਾ ਇੱਥੇ ਕੌਮੀ ਮੋਰਚੇ 'ਤੇ ਵੀ ਇਹ ਰੰਗ ਦੇਖਣ ਨੂੰ ਮਿਲੂ ਗਾਣੇ ਆਉਣ ਲੱਗ ਗਏ ਉਹ ਪਤਾ ਗਿਆ ਗਾਣੇ ਤਾਂ ਕਹਾਂ ਮੈਂ ਯਾਰ ਮੈਂ ਤਾਂ ਇੱਕ ਕਹਾਂ ਵੀ ਜਿਹੜੇ ਬੰਦੇ ਯਾਰ ਪੱਗ ਨਹੀਂ ਬੰਨ ਸਕਦੇ ਹੈ ਨੀ ਬਾਕੀ ਛੱਡਦੇ ਥਮੇ ਬਾਕੀ ਪਹਿਰਾਵਾ ਮਾਰਾ ਨਹੀਂ ਹੈਗਾ ਪੱਗ ਹੀ ਛੱਡ ਗਏ ਥਮੇ ਯਾਰ ਸਾਰੇ ਪੱਲੇ ਹੀ ਕਿਹਾ ਯਾਰ ਰਾਜਸਥਾਨ ਦਾ ਬੰਦਾ ਕਹਿ ਰਿਹਾ ਸੋ ਇਹਨਾਂ ਕੀ ਲੋਕ ਨਕਲ ਕਰਾਂ ਮੈਂ ਤਾਂ ਕਦੇ ਕਦੇ ਹੈਰਾਨ ਹੋਵਾਂ ਵੀ ਯਾਰ ਮਤਲਬ ਕਿ ਜਿਹੜੀ ਚੀਜ਼ ਥਾਰੇ ਇਤਿਹਾਸ ਦਾ ਸਭ ਤੋਂ ਬੜਾ ਹਿੱਸਾ ਹੈ ਉਹਨੂੰ ਥਮੇ ਅਲਵਿਦਾ ਕਹਿ ਚੁੱਕੇ ਇਹਨਾਂ ਦੇ ਥਮੇ ਕਿਆਸ ਕਰਾਂ ਵੀ ਇਹ ਇਨਕਲਾਬ ਲੈ ਦੇ ਕੋਈ ਇਹ ਤਾਂ ਬਸ ਲੋਕਾਂ ਨੂੰ ਉਹੀ ਜਿਸ ਤਰ੍ਹਾਂ ਯੂਨੀਵਰਸਿਟੀ ਵਾਲਾ ਕਹਿ ਰਿਹਾ ਤਾ ਵੀ ਆਪਣੀ ਲਾਈਫ ਹੈ ਇੰਜੋਏ ਕਰੋ ਦੂਜੇ ਬਾਰੇ ਨਾ ਸੋਚੋ ਦੂਜੇ ਬਾਰੇ ਨਾ ਪੰਜਾਬ ਬਾਰੇ ਗੱਲ ਕਰੋ ਆਪਣੀ ਲਾਈਫ ਇੰਜੋਏ ਕਰੋ ਇਹ ਕਹਿੰਦੇ ਗਲਾਕਾਰੀ ਹੀ ਕਰੀਏ ਸਾਰਾ ਦਿਨ ਪੱਤਰਕਾਰੀ ਤਾਂ ਨਾ ਇਸ ਤਰ੍ਹਾਂ ਵਾਦ ਪਰ ਖੜ ਗਈ ਪੰਜਾਬੀ ਦੇ ਸਾਰੇ ਸ਼ਬਦਾਂ ਨਾਲ ਲੁੱਚੇ ਸ਼ਬਦ ਕਰ ਗਿਆ ਸੁੱਚੇ ਸ਼ਬਦ ਜਿਹੜੇ ਹੈਗੇ ਅੰਗਰੇਜ਼ ਹਿੰਦੀ ਵਾਲੇ ਅੰਗਰੇਜ਼ੀ ਵਾਲੇ ਲੈ ਕੇ ਥਾਰੇ ਸਿਰ ਪਰ ਵਾਲਦੇ ਆ ਉਹ ਲਗਾਤਾਰ ਹੀ ਕਰ ਰਹੇ ਹੁਣ ਮੈਂ ਨਾ ਇੱਕ ਗੱਲ ਕਰੇ ਕਰਾਂ ਜੀ ਤਾਂ ਮੈਂ ਚਲਾਏ ਹੋਏ ਚੈਨਲ ਪਰ ਰੋਕ ਨਹੀਂ ਨਹੀਂ ਚੱਲੂਗੀ ਚਿੱਤੜ ਸ਼ਬਦ ਹੈ
ਜੀ ਮੇਰੀ ਬੇਬੇ ਕਹੇ ਕਰਦੀ ਸੀ ਵੀ ਉਹ ਤਾਂ ਨਾ ਮੋਟੇ ਜਿੱਤਣ ਵਾਲਾ ਮਤਲਬ ਯਾਰ ਅਕਲ ਨਹੀਂ ਅਗਲਾ ਮੁਹਾਵਰਾ ਸੁਣ ਕਹਿੰਦਾ ਵੀ ਉਹ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਨਾ ਗਾਉਂਦੇ ਵੀ ਚਿੱਤੜ ਪਟਕਾਉਂਦਾ ਫਿਰੀ ਆ ਇਹ ਜਿਹੜੀ ਗਾਇਕੀ ਆਪਣੀ ਪੱਤਰਕਾਰੀ ਹੈ ਇਹ ਕਹਿੰਦੇ ਵੀ ਇਹ ਸ਼ਬਦ ਤਾਂ ਯਾਰ ਹਿੱਪ ਹੈ ਉਹ ਦਰਜੀ ਪਰ ਨਾਪ ਲੈ ਜਾਂਦੇ ਕਹਿੰਦੇ ਹਿੱਪ ਦਾ ਨਾਪ ਲੈ ਲੈ ਉਹ ਹਿੱਪ ਦਾ ਮਤਲਬ ਵੀ ਚਿੱਤੜੇ ਉੱਨੇ ਹੈ ਹਿੱਪ ਦਾ ਮਤਲਬ ਇਹ ਨਹੀਂ ਵੀ ਉਹ ਟਰੱਕ ਦੇ ਟਾਇਰਾਂ ਦੀ ਗੱਲ ਕਰ ਰਿਹਾ ਕਿ ਨਹੀਂ ਸਹੀ ਗੱਲ ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ ਯਾਰ ਆਪਣਾ ਜਿਹੜਾ ਮੂਲ ਮਤਲਬ ਹਰ ਚੀਜ਼ ਨੂੰ ਕਹਿੰਦੇ ਯਾਰ ਲੋਕ ਮਾਇੰਡ ਕਰਦੇ ਹੈ ਬੰਦੇ ਬਹੁਤ ਸਾਰੇ ਕਹਾ ਮੈਂ ਕਿਹਾ ਮਾਇੰਡ ਤਾਂ ਕਰੇ ਜੇ ਮਾਇੰਡ ਹੋਇਆ ਉਹਦੇ ਕਿਸੇ ਸਾਲੇ ਦਾ ਮਾਇੰਡ ਨਹੀਂ ਹੈ ਉਹਦਾ ਬਿਨਾਂ ਮਾਇੰਡ ਤੇ ਫਿਰ ਰਹੇ ਮੈਂ ਯਾਰ ਮੈਂ ਕਹਿੰਦਾ ਤੁਹਾਨੂੰ ਕੋਈ ਥਾਰੀ ਬੋਲੀ ਨਹੀਂ ਖੋ ਸਕਦਾ ਕੋਈ ਥਰ ਤੇ ਥਰਾ ਪੈ ਕੁਛ ਨਹੀਂ ਖੋ ਸਕਦਾ ਜੇ ਥਰੇ ਮੈਂ ਕੋਈ ਤੱਤ ਹੈ ਮੈਨੂੰ ਅਜੇ ਵੀ ਬਹੁਤ ਕਹਿੰਦੇ ਹੈ ਕਹਿੰਦਾ ਯਾਰ ਤੂੰ ਕਹਿੰਦਾ ਫਲਾਣਾ ਹੈ ਢਮਕਾਣਾ ਮੈਂ ਕਿਹਾ ਯਾਰ ਕੁਛ ਕਹੀ ਜਾ ਮੇਰਾ ਤਾਂ ਖਾਣਾ ਮੈਂ ਕਿਹਾ ਇਸ ਤਰ੍ਹਾਂ ਹੀ ਚੱਲਦਾ ਮੈਂ ਕਿਹਾ ਹੁਣ ਜੇ ਥਮੇ ਮੇਰੇ ਭਾਏ ਯਾਰ ਆਪਾਂ ਬੈਠੇ ਹਾਂ ਯਾਰ ਇਹ ਬੋਲੀ ਵਾਲਾ ਮੁੱਦਾ ਵੀ ਮੈਂ ਵੱਖਰਾ ਹੈ ਨਹੀਂ ਤਾਂ ਮੇਰੀ ਸ਼ਕਲ ਸਰੀਰ ਤੇ ਪਤਾ ਹੀ ਹੈ ਬੰਦੇ ਨੇ ਕਿਆ ਕਿਹਾ ਦਾ ਹਾਂ ਉਹ ਬੰਦੇ ਦਾ ਮੈਨੂੰ ਪਤਾ ਆਪਾਂ ਉਹਨਾਂ ਦਾ ਨੌ ਕਹਿੰਦੇ ਲੈਣਾ ਆਪਾਂ ਜ਼ਿਕਰ ਨਹੀਂ ਕਰਦੇ ਨਹੀਂ ਨਹੀਂ ਆਪਾਂ ਉਹ ਬਾਤ ਕਰ ਰਹੇ ਹੋ ਮੈਂ ਭਾਈ ਦੱਸ ਦਿਆਂ ਬੰਦਿਆਂ ਨੂੰ ਜੇ ਬਾਤ ਸੁਣਾਉਣੀ ਹੋ ਸੁਣਾ ਨਹੀਂ ਨਹੀਂ ਮੈਂ ਉਹ ਗੱਲ ਸੁਣਦਾ ਵੀ ਉਹ ਮੈਂ ਗਿਆ ਤਾਂ ਲੋਈ ਮੈਂ ਲਈ ਵੀ ਤੀ ਕਿਉਂਕਿ ਜਿਹੜਾ ਪੱਤਰਕਾਰ ਦਾ ਪਹਿਰਾ ਵੀ ਉਹੀ ਹੈ ਵੀ ਉਹ ਟਾਈ ਫਾਈ ਕੋਟ ਪੈਂਟ ਹੈਲੋ ਹਾ ਯੂ ਪਲੀਜ਼ ਹੈਵ ਅ ਸੀਟ ਉਹ ਕਹਿੰਦਾ ਵੀ ਹਾਂ ਤੂੰ ਕੌਣ ਹੈ ਮੈਂ ਇੱਧਰ ਹੀ ਬੈਠੇ ਨੇ ਨੀ ਉਹ ਇੱਧਰ ਹੀ ਬੈਠੇ ਹੈ ਤੇ ਮੈਂ ਬੋਲਿਆ ਹਾਂ ਬਾਈ ਮੈਂ ਕਿਹਾ ਜੀ ਮੈਂ ਕਿਹਾ ਜੀ ਮੈਂ ਨਾ ਉਹ ਗੱਲਬਾਤ ਕਰਨੀ ਇਹਦਾ ਤੂੰ ਕੌਣ ਹੈ ਮੈਂ ਕਿਹਾ ਜੀ ਮੈਂ ਪੱਤਰਕਾਰ ਹੈ ਤੇਰੇ ਨਾਲ ਕੌਣ ਹੈ ਕਹਿੰਦਾ ਮੈਂ ਕਿਹਾ ਜੀ ਦੋ ਬੰਦੇ ਹੋਰ ਕਹਿੰਦਾ ਅੱਛਾ ਚਲੋ ਕਹਿੰਦਾ ਉੱਥੇ ਜਾਓ ਉੱਥੇ ਚਲੇ ਗਏ ਉਹ ਸਾਹਮਣੇ ਜਿਸ ਤਰ੍ਹਾਂ ਦਿਖ ਰਿਹਾ ਉੱਥੇ ਲਾਉਣ ਲੱਗ ਕਰਨ ਲੱਗ ਗਏ ਕੈਮਰੇ ਕੋਲ ਫਿਰ ਉਹ ਜਿਹੜੇ ਕੈਮਰੇ ਵਾਲੇ ਹਰਮਨ ਉਹਨੇ ਨੂੰ ਕਹਿੰਦਾ ਆ ਕੇ ਕਹਿੰਦਾ ਯਾਰ ਤੁਸੀਂ ਆ ਜਾਂਦੇ ਉੱਠ ਕੇ ਨਾ ਦੱਸਦੇ ਨਾ ਦਸਾਂਦੇ ਉਰੇ ਕਹਿੰਦਾ ਬੂਥਾ ਚੱਕੇ ਤੁਰ ਪੈਂਦੇ ਪਤਾ ਨਹੀਂ ਲੱਗਦਾ ਕਹਿੰਦਾ ਜੀ ਬੰਦਾ ਭੇਜਿਆ ਸੀ ਤੁਹਾਡੇ ਕੋਲ ਕਿਹੜਾ ਕਹਿੰਦਾ ਲੋਈ ਵਾਲਾ ਕਹਿੰਦਾ ਉਹ ਡਰਾਈਵਰ ਜਾ ਕਹਿੰਦਾ ਉਹ ਕੌਣ ਹੈ ਕਹਿੰਦਾ ਡਰਾਈਵਰ ਨਹੀਂ ਹੈ ਜੀ ਕਹਿੰਦਾ ਉਹ ਪੱਤਰਕਾਰ ਹੈ ਕਹਿੰਦਾ ਪੱਤਰਕਾਰ ਯਾਰ ਕਹਿੰਦਾ ਯਾਰ ਉਹਦੀ ਸ਼ਕਲ ਨਾਲ ਸੂਟ ਚੱਜਦੀ ਕਹਿੰਦਾ ਉੱਪਰ ਤੇ ਕਹਿੰਦਾ ਇਹੋ ਜਿਹਾ ਬਣੀ ਫਿਰਦਾ ਉਹ ਕਹਿੰਦਾ ਇਹੋ ਜਿਹੇ ਬੰਦਿਆਂ ਲੈ ਕੇ ਉਹਨੇ ਪਤਾ ਹੀ ਨਹੀਂ ਲੱਗਦਾ ਕਹਿੰਦਾ ਸੋ ਸਾਡੇ ਦਿਮਾਗ ਮੇਰੀ ਇੱਕ ਅਕਸ ਬਣ ਗਿਆ ਨਾ ਵੀ ਪੜ੍ਹਿਆ ਲਿਖਿਆ ਬੰਦਾ ਬਹੁਤਾ ਬੋਲੇ ਨਾ ਬਹੁਤਾ ਚੁੱਪ ਰਹੇ ਉਹਨਾਂ ਦਾ ਵਿਆਹ ਵੀ ਚਲੇ ਜਾਓ ਜਿਹੜਾ ਉਹ ਮੇਜੇ ਪਏ ਹੁੰਦੇ ਆ ਉਹ ਉੱਧਰ ਵਾਲੇ ਮੇਜਰ ਉਹ ਬੈਠੇ ਆਪਣਾ ਵਟਸਐਪ ਚਲਾਇਆ ਇੱਧਰ ਵਾਲੇ ਉਹ ਬੋਲਦੇ ਨਹੀਂ ਕਿਸੇ ਗੱਲ ਵਿਆਹ ਦਾ ਮਤਲਬ ਸਾਂਝ ਤੀ ਯਾਰ ਮੈਂ ਨਾ ਇੱਕ ਦਿਨ ਬੱਤੀ ਮੈਂ ਚਲਿਆ ਗਿਆ ਉਰੇ ਬੱਤੀ ਮੈਂ ਨਾ ਬੰਦੇ ਆਏ ਵੇ ਡਿਪਰੈਸ਼ਨ ਕੀ ਦਵਾਈਆਂ ਜਿਹੜਾ ਮੈਨੂੰ ਵੀ ਕੋਈ ਕਹਿ ਲੈ ਗਿਆ ਉੱਥੇ ਬੰਦੇ ਬਾਤਾਂ ਕਰ ਰਹੇ ਇਹਨੇ ਨਾ ਚੌਥੀ ਮੰਜ਼ਿਲ ਲਿਫਟ ਖੋਲੀ ਬਈ ਲਿਫਟ ਖੋਲੀ ਰੌਲਾ ਪੈਂਦਾ ਆ ਰਿਹਾ ਮਾਰੀ ਬੋਲੀ ਆਉਣੀ ਆ ਦੋ ਤੀਆਂ ਮਾਵਾਂ ਧੀਆਂ ਆ ਰਹੀਆਂ ਰੌਲਾ ਬਹੁਤ ਪਤਾ ਨਾ ਲੱਗੇ ਉਹ ਕੁੜੀ ਇੱਧਰ ਆ ਕੇ ਬੈਠ ਗਈ ਬਹੁਤ ਭਾਰੀ ਦੀਆਂ ਉਸਦੀ ਮਾਂ ਇੱਧਰ ਆ ਕੇ ਬੈਠ ਗਈ ਉੱਥੇ ਬੈਠੇ ਹੋਈ ਜਿਹੜੇ ਪੜ੍ਹੇ ਲਿਖੇ ਬੰਦੇ ਉਹ ਕੁੜੀ ਕਹਿ ਰਹੀ ਹੈ ਇੱਧਰ ਨੂੰ ਭਾਈ ਤਾਂ ਇੱਧਰ ਬੈਠਿਆ ਉੱਧਰ ਨੂੰ ਝਾਕ ਰਿਹਾ ਮੰਮੀ ਪਰੇ ਨੂੰ ਬੈਠ ਜਾ ਹੱਦ ਕਰ ਰਿਹਾ ਉਹ ਚੁੱਪ ਭਾਈ ਪਰੇ ਫਿਰ ਇੱਧਰ ਬੈਠ ਗਿਆ ਕੁੜੀ ਭਾਈ ਮੇਰੇ ਪਨਵਾਣੇ ਪਰ ਇਹਨੇ ਬੈਠੇ ਇੱਧਰ ਬੈਠੀ ਕੇ ਹਾਂ ਵੀ ਘਰੇ ਤੇ ਆਈਆ ਕੰਮ ਛੱਡ ਕੇ ਸਾਰੀ ਦਵਾਈ ਜਿਹੜੀ ਹੱਦ ਕਰ ਰਿਹਾ ਭਾਈ ਉੱਥੇ ਭਾਈ ਕੋਈ ਡਿਪਰੈਸ਼ਨ ਨਾ ਰਿਹਾ ਕੋਈ ਕਰੈਸ਼ ਕੁਛ ਵੀ ਨਾ ਰਿਹਾ ਨਾ ਫਿਰ ਉਹ ਚਲੀ ਗਈਆਂ ਜਿਹੜਾ ਦਵਾਈ ਅੱਗੇ ਪਰਚੀ ਕੱਟ ਕੇ ਅੰਦਰ ਨਹੀਂ ਵਾੜਦਾ ਹੈਗਾ ਉਹਦੇ ਵਿੱਚ ਚਲੀ ਗਈਆਂ ਉਹ ਜਾ ਕਹਿ ਰਹੀਆਂ ਤਾਂ ਮੈਨੂੰ ਅੰਦਰ ਭੇਜ ਦੇ ਮਾਨੇ ਘਰਾਂ ਜਾਣਾ ਮੈਂ ਇਸ ਨੂੰ ਕੱਖ ਪਾਣੀ ਧਾਰਾ ਕੱਢਣੀ ਜਾ ਕੇ ਦੁਬਾਰਾ ਹਾਂ ਮੈਂ ਮੰਮੀ ਦੋ ਆਈ ਵੀ ਹਾਂ ਹੱਦ ਕਰ ਰਿਹਾ ਉਹ ਕਹਿੰਦਾ ਡਾਕਟਰ ਨਹੀਂ ਹੈ ਕਹਿੰਦਾ ਡਾਕਟਰ ਕਿੱਥੇ ਅੰਡੇ ਪਰ ਬੈਠੇ ਆ ਬੁਲਾ ਕੇ ਲਿਆ ਉਹਨੂੰ ਕਹਾ ਉਹ ਯਾਰ ਕਮਾਲ ਹੈ ਮੈਂ ਕਹਿੰਦਾ ਯਾਰ ਬੰਦੇ ਦਾ ਸਾਰਾ ਕੁਝ ਛੱਡ ਛਡਾ ਕੇ ਹੁਣ ਬਸ ਸਲੀਕਾ ਤਰੀਕਾ ਤੇ ਪਤਾ ਨਹੀਂ ਕਿਆ ਕਿਆ ਹੈ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਜਿਵੇਂ ਹੁਣ ਕਹਿ ਦਿੰਦੇ ਆ ਵੀ ਹੁਣ ਆਮ ਹੀ ਬੁੜੀਆਂ ਘਰਾਂ ਦੇ ਵਿੱਚ ਕਹਿੰਦੀਆਂ ਹੈਗੀਆਂ ਨੋਜੀ ਲੱਗੀ ਵੀ ਆ ਅੱਗੇ ਨਲੀ ਚੱਲਦਾ ਸੀ ਜਾਂ ਆਪਾਂ ਕਹਦੇ ਜ਼ੁਕਾਮ ਚੱਲਦੇ ਕੋਲਡ ਲੱਗਿਆ ਵਾ ਇਹੋ ਜਿਹੇ ਸ਼ਬਦਾਂ ਨੇ ਆਪਾਂ ਨੂੰ ਬਦਲ ਕੇ ਰੱਖਤਾ ਤੇ ਉਹ ਸ਼ਬਦ ਬੋਲਣ ਦੇ ਵਿੱਚ ਆਪਾਂ ਸ਼ਰਮ ਮਹਿਸੂਸ ਕਰਦੇ ਮੈਂ ਇੱਕ ਦਿਨ ਪਹਿਲਾਂ ਕਿਹਾ ਤਾਂ ਵੀ ਜਿਹੜੀ ਯਾਰ ਤੀਵੀਆਂ ਕਹਾਂ ਵੀ ਟੱਟੀ ਨੂੰ ਪੋਟੀ ਕਹਾਂ ਵੀ ਉਹ ਗੁਲਗੁਲਾ ਥੋੜੀ ਬਣ ਗਈ ਉਹ ਟੱਟੀ ਉਹ ਹੈ ਉਹ ਯਾਰ ਇਹ ਨਾ ਜਿਹੜਾ ਅਸਲ ਮੈਂ ਰੌਲਾ ਪੈਂਦਾ ਬੀਬੀ ਨਾ ਗੁਰਮੀਤ ਕੌਰ ਨੇ ਇੱਕ ਕਿਤਾਬ ਲਿਖੀ ਹੈ ਕਈ ਕਿਤਾਬਾਂ ਲਿਖੀਆਂ ਬੀਬੀ ਗੁਰਮੀਤ ਕੌਰ ਅਮਰੀਕਾ ਰਹਾ ਤੇ ਉਹਨੇ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਲਿਖੀ ਹੈ ਪੰਜਾਬੀ ਤੇ ਅੰਗਰੇਜ਼ੀ 'ਚ ਪੰਜਾਬੀ ਦੇ ਵਿੱਚ ਬਾਲ ਸਾਹਿਤ ਛਾਪਿਆ ਬਹੁਤ ਬੜਾ ਕੰਮ ਹੈ ਪੰਜਾਬੀ ਦੇ ਉੱਪਰ ਮੈਂ ਨਹੀਂ ਕਹਿ ਰਿਹਾ ਉਹਨਾਂ ਦੇ ਵਿਚਾਰ ਹੈ ਉਹਨਾਂ ਦਾ ਲੇਖ ਆਇਆ ਇੱਕ ਪਿੱਛੇ ਬਹੁਤ ਫੇਸਬੁੱਕ ਪਰ ਪਾਇਆ ਉਹਨਾਂ ਨੇ ਅਤੇ ਉਹ ਸਾਰਾ ਕੁਛ ਉਹਦੇ ਮੈਂ ਕੋਈ ਪਰਲੇ ਪੰਜਾਬੀ ਜਾਂਦੀ ਰਹਾ ਹਾਂ ਜਦ ਉਹਨਾਂ ਨੇ ਕਰਤਾਰਪੁਰ ਸਾਹਿਬ ਬਣਿਆ ਉੱਥੇ ਮੇਮ ਚਲਾਈ ਵੀ ਉਰੇ ਕੁਦਰਤੀ ਉਹ ਰੱਖੋ ਵੀ ਇਹ ਸੰਗ ਮਰਮਰ ਦਾ ਥੱਪੂ ਇੰਨਾ ਸਾਰਾ ਕੁਛ ਉਹਨਾਂ ਨੇ ਲੇਖ ਲਿਖਿਆ ਇੱਕ ਵੀ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਮਾਵਾਂ ਹੈ ਉਹ ਪੰਜਾਬੀ ਦਾ ਕਤਲੇਆਮ ਕਰ ਰਹੀਆਂ ਪਰਲੇ ਪੰਜਾਬ ਦੇ ਵਿੱਚ ਉਰਦੂ ਪਾ ਰਹੀਆਂ ਨਿਆਣੇ ਕੇ ਮੂੰਹ ਦੇ ਵਿੱਚ ਉਰੇ ਹਿੰਦੀ ਔਰ ਅੰਗਰੇਜ਼ੀ ਉਰੇ ਹੀ ਨੋਜੀ ਰੋਜ਼ ਰੈੱਡ ਵਾਈਟ ਪਰਪਲ ਸਾਰਾ ਦਿਨ ਕਹਿੰਦਾ ਮਾਵਾਂ ਦਾ ਜ਼ੋਰ ਹੈ ਜਿੰਨੇ ਵੀ ਆ ਬਲੈਤੀ ਮੈਂ ਸਕੂਲ ਨਹੀਂ ਕਹਿੰਦਾ ਅਰੇ ਬੁੱਚੜਖਾਨੇ ਆ ਜਿਹੜੇ ਬੁੱਚੜਖਾਨੇ ਚੱਲ ਰਹੇ ਨਾ ਇਹ ਸਾਰੇ ਇਸੀ ਮੁੱਦੇ ਪਰ ਚੱਲ ਰਹੇ ਵੀ ਥਾਰੀ ਬੋਲੀ ਰੱਦ ਕਰਕੇ ਅਤੇ ਜੱਟਾਂ ਗੇ ਹੁਣ ਪਿੰਡਾਂ ਵਾਂਗਿਆ ਹੋ ਰਿਹਾ
ਪ੍ਰਵਾਸੀਆਂ ਦੇ ਨਿਆਣੇ ਸਰਕਾਰੀ ਸਕੂਲ ਮੈਂ ਪੰਜਾਬੀ ਪੜ੍ਹ ਰਹੇ ਮੈਂ ਕਿੰਨੇ ਨਿਆਣੇ ਨੇ ਪੁੱਛਿਆ ਪਿੰਡਾਂ ਮਾ ਪਿੱਛੇ ਗੁਰਦਾਸ ਮਾਨ ਵਾਲਾ ਮੁੱਦਾ ਰਹਿ ਗਿਆ ਗੁਰਦਾਸ ਮਾਨ ਵਾਲੇ ਮੁੱਦੇ 'ਤੇ ਬਹੁਤ ਖੜਾ ਚੱਲਿਆ ਵੀ ਗੁਰਦਾਸ ਮਾਨ ਗਦਾਰ ਹੈ ਉਹ ਹਿੰਦੀ ਦੀ ਹਮਾਇਤ ਕਰ ਰਿਹਾ ਹੈ ਨੀ ਗੁਰਦਾਸ ਮਾਨ ਨੇ ਬਿਆਨ ਦਿਆ ਆਪਾਂ ਨੇ ਰੱਦ ਕਰਤਿਆ ਮੈਂ ਨਹੀਂ ਕਹਿੰਦਾ ਗੁਰਦਾਸ ਨੂੰ ਦੁੱਧ ਧੋਤਾ ਮੈਂ ਬੋਲੀ ਵਾਲੇ ਮੁੱਦੇ 'ਤੇ ਬਾਤ ਕਰ ਰਿਹਾ ਜੀ ਉਹ ਆਪਾਂ ਰੱਦ ਕਰਤਿਆ ਪਰ ਜਿਹੜੇ ਕਿ ਨਿਆਣੇ ਹਿੰਦਾਂ ਬਲੈਤੀ ਬੁੱਚੜਖਾਨਿਆਂ ਮੈਂ ਜਾ ਰਹੇ ਹਾਂ ਉਹ ਪੈਸੇ ਦੇ ਰਹੇ ਆ ਅੰਗਰੇਜ਼ੀ ਪੜ੍ਹਾਉਣੇ ਗਏ ਔਰ ਹਿੰਦੀ ਬੁਲਾਉਣੇ ਗਏ ਜੇ ਗੁਰਦਾਸ ਮਾਨ ਗਦਾਰ ਹੈ ਫਿਰ ਨਹੀਂ ਕੌਣ ਹੈ ਅਸੀਂ ਵੀ ਸਾਰੇ ਗਦਾਰ ਤੇ ਫਿਰ ਪੰਜਾਬ ਦਾ ਗਦਾਰਾਂ ਦਾ ਗੜ ਹੈ ਹਾਂ ਉਰੇ ਹਿੰਦੀ ਯਾਰ ਪੰਜਾਬ ਮੋਹਾਲੀ ਮੈਂ ਚਲੇ ਜਾ 8 ਮੀਟਰ ਪੱਗਾਂ ਪ੍ਰਕਾਸ਼ੇ ਵੀ ਦਾੜੇ ਆ ਹਿੰਦੀ ਬੋਲ ਰਹੇ ਨਿਆਣੇ ਕਹਿੰਦਾ ਸਾਰੇ ਹਿੰਦੀ ਬੋਲ ਰਹੇ ਹੈ ਕੋਈ ਅੰਗਰੇਜ਼ੀ ਕੇ ਸ਼ਬਦ ਪੜ ਰਿਹਾ ਸੋ ਗੁਰਦਾਸ ਮਾਨ ਵਾਲਾ ਦਾ ਮੁੱਦਾ ਹੀ ਕੁਛ ਨਹੀਂ ਇਹ ਇਹਨਾਂ ਸਕੂਲਾਂ ਦੇ ਖਿਲਾਫ਼ ਬੋਲ ਕੇ ਦਿਖਾਵਾਂ ਬੁੱਚੜਖਾਨਿਆਂ ਦੇ ਜਿਹੜੇ ਸਰਿਆਮ ਹਮਲਾ ਜਿਸ ਤਰ੍ਹਾਂ ਹਿਟਲਰ ਨਾ ਗੈਸ ਚੈਂਬਰਾਂ ਦੇ ਵਿੱਚ ਬੰਦ ਕਰਕੇ ਮਾਰੇ ਕਰਤਾ ਹਾਂ ਯਹੂਦੀਆਂ ਨੂੰ ਬਹੁਤੇ ਤਾਂ ਕਹਾਂ ਵੀ ਇਹ ਵੀ ਰੌਲਾ ਦਾ ਵੀ ਪਿੱਛੇ ਸਾਜਾਂ ਜੋ ਵੀ ਹੈ ਮੰਨ ਲਓ ਵੀ ਸੱਚ ਹੈ ਇਹ ਤਾਂ ਬੁੱਚੜਖਾਨੇ ਦੇ ਖਤਰਨਾਕ ਹੈ ਉਹ ਤਾਂ ਧੱਕੇ ਦੇ ਫੜ ਗਏ ਜਿਹਦਾ ਉਰੇ ਲੈ ਕੇ ਜਾ ਰਹੇ ਹੈ ਵੀ ਇਹਨੂੰ ਅੰਦਰ ਬੰਦ ਕਰੋ ਫਿਰ ਉਹ ਨਿਆਣੇ ਨੂੰ ਹੱਸਣ ਨਹੀਂ ਦਿੰਦੇ ਕੁਛ ਨਹੀਂ ਇੱਕ ਨਿਆ ਬੰਦਾ ਕਹਿ ਰਿਹਾ ਵੀ ਯਾਰ ਨਿਆਣੇ ਬਿਮਾਰ ਆ ਬਿਮਾਰ ਦਾ ਸਾਲਾ ਇਸੇ ਕਰਕੇ ਹੁਣ ਦੱਸਦਾ ਯਾਰ ਮੈਂ ਪੜ੍ਹਿਆ ਮੈਨੂੰ ਅੰਗਰੇਜ਼ੀ ਬਹੁਤ ਵਧੀਆ ਵਾ ਮੈਂ ਲੱਥਾਕਾਰ ਵੀ ਰਿਹਾ ਕੋਈ ਮੁੱਦਾ ਨਹੀਂ ਹੈਗਾ ਅੰਗਰੇਜ਼ੀ ਦੀ ਜ਼ਬਾਨ ਹੈ ਕੋਈ ਚੱਕਰ ਨਹੀਂ ਹੁਣ ਮੈਨੂੰ ਕੋਈ ਕਹੇ ਵੀ ਯਾਰ ਮੈਂ ਨਾ ਤੈਨੂੰ ਸਪੈਨਿਸ਼ ਬੋਲੀ ਪੜ੍ਹਾਵਾਂਗਾ ਪਹਿਲੇ ਦਿਨ ਕਿਤਾਬ ਖੋਲ੍ਹ ਕੇ ਸਪੈਨਿਸ਼ ਬੋਲਣ ਲੱਗ ਗਿਆ ਯਾਰ ਪਾਗਲ ਹੋ ਜਾਵਾਂਗਾ ਮੈਂ ਕਹਾਂਗਾ ਯਾਰ ਬਾਹਰ ਕੱਢੋ ਮੈਨੂੰ ਜਿਸ ਤਰ੍ਹਾਂ ਕਿਸੇ ਆਪਾਂ ਗਾਂ ਨੂੰ ਜਾਂ ਬੱਚੇ ਨੂੰ ਵੀ ਵੱਢਣਾ ਹੋਇਆ ਤੇ ਉਹ ਵਿਚਾਰਾ ਛੁੱਟ ਕੇ ਦੌੜੇ ਨਿਆਣੇ ਤਾਂ ਉੱਥੇ ਇਸ ਤਰ੍ਹਾਂ ਭੱਜਦੇ ਤੇ ਨਿਆਣੇ ਕਹਿੰਦੇ ਬਿਮਾਰ ਆ ਇਹ ਕੁਛ ਨਹੀਂ ਕਰ ਸਕਦੇ ਇਹ ਤਾਂ ਗੁੱਗ ਵੀ ਨਿਆਣੇ ਨੂੰ ਕੱਖ ਨਹੀਂ ਆਉਂਦਾ ਯਾਰ ਇਹਨਾਂ ਨੂੰ ਪੰਜਾਬ ਦਾ ਪਤਾ ਨਾ ਅੰਗਰੇਜ਼ੀ ਦਾ ਵਿੱਚੇ ਫਿਰਿਆ ਇੱਕ ਨੇ ਗੱਲ ਸੁਣਾਈ ਕਹਿੰਦਾ ਮੇਰਾ ਨਿਆਣਾ ਨਾ ਕਹਿੰਦਾ ਤਿੰਨ ਤਿੰਨ ਜ਼ਬਾਨਾਂ ਬੋਲ ਰਿਹਾ ਯਾਰ ਉਹ ਕਹਿੰਦਾ ਊੜਾ ਲਿਖਾਣ ਲੱਗੇ ਕਹਿ ਤਾਂ ਪਹਿਲੀ ਮੈਂ ਕਿਉਂਕਿ ਇੰਨਾ ਪਾਗਲ ਕਰਤਿਆ ਸਕੂਲ ਮਾਂ ਵਿੱਚੇ ਤਾਂ ਊੜਾ ਲਿਖ ਰਿਹਾ ਵਿੱਚੇ ਕਹਿ ਖਾ ਗਿਆ ਵਿੱਚੇ ਵੀ ਸੀ ਕਹਿੰਦਾ ਉਹ ਪਾਗਲ ਹੋ ਗਿਆ ਵਿਚਾਰਾ ਸੋ ਭਾਈ ਮਾਵਾਂ ਦਾ ਉਰੇ ਬਹੁਤ ਜ਼ੋਰ ਲੱਗਿਆ ਵਾ ਅਤੇ ਬੀਬੀਆਂ ਦਾ ਤਾਂ ਫਿਰ ਬੀਬੀ ਆਹ ਗੱਲ ਸੁਣਾਵਾਂ ਇੱਕ ਹੋਰ ਸਕੂਲਾਂ ਵਾਲੀ ਇੱਕ ਮਾਰਾ ਯਾਰ ਹੈ ਉਹ ਸਰਪੰਚ ਹੈ ਅਤੇ ਉਹ ਕਹਿੰਦਾ ਮੈਂ ਸਕੀਮ ਤਿਆਰ ਕਰੀ ਵੀ ਸਰਕਾਰੀ ਸਕੂਲ ਮੈਂ ਵਧੀਆ ਕਰੋ ਇੰਤਜ਼ਾਮ ਵੀ ਆਪਣੇ ਬੁੱਚੜਖਾਨੇ ਨੂੰ ਕਾਹਨੂੰ ਪੈਸੇ ਦੇਣੇ ਆ ਕਹਿੰਦਾ ਪਿੰਡ ਮੈਂ ਇਕੱਠ ਕਰ ਲਿਆ ਕਹਿੰਦਾ ਇਕੱਠ ਕਰਿਆ ਉਹ ਕਹਿ ਰਹੇ ਬੰਦੇ ਬੁਲਾਏ ਕਹਿ ਰਿਹਾ ਜੀ ਮਾਰੀਆਂ ਤੀਵੀਆਂ ਨਹੀਂ ਮੰਨਦੀਆਂ ਤਾਂ ਮੈਂ ਕਿਹਾ ਥਵੇਂ ਡੋਕੇ ਲੈਣਾ ਏ ਤੀਵੀਆਂ ਨੂੰ ਬੁਲਾਓ ਤੀਵੀਆਂ ਨੂੰ ਕਹਿੰਦਾ ਲੈ ਕੇ ਮੈਂ ਸਰਕਾਰੀ ਸਕੂਲ ਮੈਂ ਚਲੇ ਗਿਆ ਕਿ ਵੀ ਆਪਾਂ ਵਧੀਆ ਬਣਾਵੇਂਗੇ ਇੱਧਰ ਖਰਚਾ ਘਟੇਗਾ ਕਹਿੰਦਾ ਆ ਗਈਆਂ ਕਹਿੰਦਾ ਆ ਕੇ ਪਤਾ ਕੀ ਕਿਹਾ ਉਹਨੇ ਇਹ ਤਾਂ ਪਾਗਲ ਹੈ ਮੈਂ ਅੰਗਰੇਜ਼ੀ ਪੜ੍ਹਾਉਣੀ ਆਪਣੇ ਨਿਆਣੇ ਨੂੰ ਹੁਣ ਪੰਜਾਬ ਦਾ ਮੁੱਦਾ ਇਹ ਯਾਰ ਵੀ ਹਮੇ ਆਪ ਕਹਾਂ ਵੀ ਗੁਰੂਆਂ ਦੀ ਬੋਲੀ ਹੈ ਗੁਰੂ ਸਾਹਿਬ ਦੀ ਬੋਲੀ ਹੈ ਲਿਪੀ ਦੇਈ ਉਹਨਾਂ ਨੇ ਮਾਨੂੰ ਬੋਲੀ ਤਾਂ ਹਜ਼ਾਰਾਂ ਸਾਲਾਂ 'ਤੇ ਹੈ ਲਿਪੀ ਵਾਲਾ ਮੁੱਦਾ ਉਸੇ ਲਿਪੀ ਦੇ ਵਿੱਚ ਗੁਰੂ ਸਾਹਿਬ ਨੇ ਰਚਨਾ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਦੁਨੀਆਂ ਦੀ ਸ਼ਾਹਕਾਰ ਆਪਾਂ ਨਹੀਂ ਮੰਨਣਾ ਅਸਲ ਮਾਂ ਤਾਂ ਆਪਾਂ ਇਹਨੂੰ ਵਿਦਾਵਾ ਦੇ ਚੁੱਕੇ ਹਾਂ ਕਿ ਆਪਾਂ ਉਹ ਲਿਪੀ ਕਹਾਂ ਪੜ੍ਹਨੀ ਨਹੀਂ ਮੰਨਦੇ ਮਾਰਾ ਨਿਆਣਾ ਤਾਂ ਹਿੰਦੀ ਅੰਗਰੇਜ਼ੀ ਪੜ੍ਹੇਗਾ ਫਿਰ ਹਮੇ ਕਿੱਥੇ ਉਹਨਾਂ ਦੀ ਸੋ ਆਪਾਂ ਬਹੁਤ ਯਾਰ ਖਤਰਨਾਕ ਉਸਕੇ ਵਿੱਚ ਹੈ ਜੀ ਮਨਜੀਤ ਭਾਈ ਹੁਣ ਜੇ ਇੱਕ ਮੁੱਦਾ ਆਪਣੀ ਇੰਟਰਵਿਊ ਦਾ ਜੇ ਬਣ ਗਿਆ ਜੇ ਪੱਤਰਕਾਰਾਂ ਨੇ ਕਿਹਾ ਵੀ ਇਹ ਦੋ ਬੋਲੀ ਜਾਂਦੇ ਇਹਨਾਂ ਨੂੰ ਸਾਰਾ ਕੁਛ ਪਤਾ ਹੈਗਾ ਅਸੀਂ ਐਡੀਆਂ ਐਡੀਆਂ ਡਿਗਰੀਆਂ ਚੱਕੀ ਫਿਰਦੇ ਹਾਂ ਐਡੇ ਐਡੇ ਦਫ਼ਤਰ ਖੋਲ੍ਹ ਲਏ ਕਰੋੜਾਂ ਕਰੋੜਾਂ ਰੁਪਈਆ ਲਾ ਕੇ ਇਹ ਦੋ ਬੰਦੇ ਬੈਠ ਕੇ ਇੱਥੇ ਬੋਲੀ ਜਾਂਦੇ ਨੇ ਆਹ ਡਿਗਰੀ ਵਾਲਾ ਕੀ ਦੱਸਾਂ ਮੇਰੇ ਪਾਸ ਖੈਰ ਕੋਈ ਡਿਗਰੀ ਨਹੀਂ ਤੇਰੇ ਪਾਸ ਹੈਗੀ ਹੈ ਨਾ ਉਹ ਪਤਾ ਬਿਨਾਂ ਡਿਗਰੀ ਵਾਲੇ ਪੱਤਰਕਾਰੀ ਦੀ ਡਿਗਰੀ ਡੁਗਰੀ ਦਾ ਕਿਹਾ ਇੱਕ ਤੇਜੇ ਨੇ ਗੱਲ ਸੁਣਾਈ ਤੀ ਹਾਂ ਪੱਤਰਕਾਰਾਂ ਕੋਲ ਜਿਹੜੀ ਡਿਗਰੀਆਂ ਹਾਂ ਉਹ ਪਹਿਲਾਂ ਵੀ ਸ਼ਾਇਦ ਮੈਂ ਪਾਸ ਸੁਣਾਈ ਤੀ ਵੀ ਉਹ ਉਰੇ ਰਵਿੰਦਰ ਨਾਥ ਟੈਗੋਰ ਦੇ ਉਹ ਲੱਗੀ ਵੀ ਤੀ ਕੋਈ ਨਮੈਸ਼ ਸੀਗੀ ਮੂਰਤਾਂ ਦੀ ਹਾਂ ਚਿੱਤਰਕਾਰੀ ਉੱਥੇ ਕਿਸੇ ਪੱਤਰਕਾਰ ਬੀਬੀ ਨੇ ਫੋਨ ਕਰਿਆ ਵੀ ਜੀ ਮੈਂ ਰਵਿੰਦਰ ਨਾਥ ਟੈਗੋਰ ਗੱਲ ਬਾਤ ਕਰੋ ਮਾਨੇ ਉਸ ਗੱਲ ਬਾਤ ਕਰਨੀ ਕਹਿੰਦਾ ਜੀ ਉਹਨੂੰ ਤਾਂ ਗਈ ਨੂੰ ਵੀ ਕਿੰਨੇ ਸਾਲ ਹੋ ਗਏ ਉਹ ਤੇਜਾ ਭਾਉ ਦੱਸੇ ਕਰਦਾ ਵੀ ਇਹ ਜਿਹੜੇ ਪੱਤਰਕਾਰ ਦੀ ਡਿਗਰੀਆਂ ਕਰੀ ਫਿਰਦੇ ਆ ਇਹ ਪੰਜਾਬ ਬਾਰੇ ਕਿਆ ਜਾਣਦੇ ਆ ਕਿਆ ਪਤਾ ਇਹਨਾਂ ਪੰਜਾਬ ਦਾ ਉਹ ਪੜ੍ਹਿਆ ਮੇਰੇ ਖਿਆਲ ਜਲੰਧਰ ਸਕੂਲ ਤੱਕ ਕਹਿੰਦਾ ਵੀ ਉੱਥੇ ਸਾਡਾ ਪ੍ਰੋਫੈਸਰ ਕਹਿ ਰਿਹਾ ਵੀ ਆਪਾਂ ਨਾ ਤਾਜ਼ੇ ਜਿਹੜੇ ਪੰਜਾਬ ਦੇ ਮਸਲੇ ਉਹਨਾਂ ਪਰ ਵੀ ਆਪਾਂ ਗੱਲਬਾਤ ਕਰਦੇ ਰਹਿਣੀ ਚਾਹੀਦੀ ਚੱਲਦੇ ਮਸਲਿਆਂ ਪਰ ਕਹਿੰਦਾ ਵੀ ਉਹ ਪੁੱਛਣ ਲੱਗ ਗਿਆ ਵੀ ਸੁਖਬੀਰ ਬਾਦਲ ਕੌਣ ਹੈ ਜਦ ਬਾਦਲ ਬੜਾ ਮੁੱਖ ਮੰਤਰੀ ਦਾ ਸੁਖਬੀਰ ਬਾਦਲ ਦਾ ਛੋਟਾ ਦਾ ਉਪ ਮੁੱਖ ਮੰਤਰੀ ਉਹ ਕਹਿੰਦਾ ਵੀ ਕਹਿੰਦਾ ਦੋ ਕੁੜੀਆਂ ਹੋਈਆਂ ਤਿਆਰ ਕਹਿੰਦੇ ਸਰ ਮੈਂ ਬਤਾਤੀ ਹੂੰ ਹਾਂ ਕਹਿੰਦਾ ਬਤਾਓ ਮੇਰੀ ਗੱਲ ਕਹਿੰਦਾ ਉਹ ਰੇਡੀਓ ਜੌਕੀ ਹੈ ਸੱਚੀ ਗੱਲ ਆ ਆਹ ਜਿਹੜਾ ਵੀ ਪੱਤਰਕਾਰ ਨੂੰ ਗਲਾਣਾ ਇੱਕ ਮੈਂ ਕਹਿੰਦਾ ਨਾ ਮੈਂ ਪ੍ਰੈਸ ਕਲੱਬ ਮੈਂ ਚਲਿਆ ਗਿਆ ਉੱਥੇ ਕਿਸੇ ਇਸ ਤਰ੍ਹਾਂ ਹੀ ਆਹ ਗਾਣੇ ਗੁਣੇ ਵਾਲੇ ਫਿਲਮ ਮੈਂ ਤਾਂ ਉਹਦੇ ਪਾਸਾ ਦੇਖਣ ਚਲੇ ਗਿਆ ਲੋਈ ਮੇਰੇ ਲਈ ਵੀ ਹੁਣ ਤਾਂ ਅਗਲਾ ਸਮਝਾ ਵੀ ਇੱਥੇ ਮੈਂ ਸਚਾਰ ਦਾਉਣਾ ਹੈ ਕਿਉਂਕਿ ਉਹਨਾਂ ਨੇ ਸਾਰਾ ਕੁਛ ਉੱਥੇ ਵੀ ਕਹਿੰਦੇ ਵੀ 100 ਬੰਦਾ ਆ ਚੁੱਕਿਆ ਅੰਦਰ 100 ਬੰਦਾ ਅੰਦਰ ਆ ਚੁੱਕਿਆ ਚੈਨਲ ਵਾਲਾ ਅਤੇ ਜਿਹੜੇ 99 ਚੈਨਲ ਵਾਲੇ ਦੇ ਨਾ ਉਹ ਜਿਹੜੇ ਬੰਦੇ ਆਏ ਵੇ ਤੇ ਉਹਨਾਂ ਕੋਲ ਆਪਣੀਆਂ ਫੋਟੋਆਂ ਖਿਚਾ ਰਹੇ ਉਹਨਾਂ ਨੂੰ ਕੋਈ ਸਵਾਲ ਨਾ ਆਇਆ ਨਾ ਗਿਆ ਇਹਨਾਂ ਨੂੰ ਪਤਾ ਤਾਂ ਉਹ ਫੋਟੋ ਖਿਚਾ ਰਹੇ ਸੋ ਜਿਹੜਾ ਇਹ ਪੱਤਰਕਾਰੀ ਦੀ ਡਿਗਰੀ ਫਲਾਣਾ ਇਹਦਾ ਸਿਰਫ ਇੱਕ ਇਹਨਾਂ ਨੇ ਧੂਤੂ ਫੜੇ ਵੇ ਹੈ ਉਹ ਅਗਲੇ ਮੂੰਹ ਪਾ ਦੇਣਾ ਇੱਦਾਂ ਤਾਂ ਇਹ ਪੁੱਛ ਲਓ ਯਾਰ ਪੰਜਾਬ ਮੈਂ ਜਿਹੜੇ ਪੱਤਰਕਾਰ ਆ ਪੰਜਾਬ ਮੈਂ ਖਿੱਤੇ ਕਿੰਨੇ ਆ ਬੋਲੀਆਂ ਕਿੰਨੀਆਂ ਕਿਹੜਾ ਖਿੱਤਾ
ਜਾਂਦੇ ਜਾਂਦੇ ਆਪਾਂ ਇੱਕ ਹੋਰ ਵਿਸ਼ੇ ਤੇ ਗੱਲ ਕਰ ਲਈਏ, ਜਿਹੜਾ ਸੋਸ਼ਲ ਮੀਡੀਆ ਹੈਗਾ, ਆਈ ਨਹੀਂ ਪਤਾ ਆਪਣੀ ਵੀ ਕੱਲ੍ਹ ਫੋਟੋ ਚੱਕ ਕੇ ਤੇ ਪਤਾ ਨਹੀਂ ਕੀ ਅਨਾਪਸ਼ਨਾ ਲਿਖ ਕੇ ਪਾ ਦੇਣਾ ਜਾਂ ਇੱਦਾਂ ਦਾ ਕੁਛ, ਹੋ ਸਕਦਾ ਕੋਈ ਤਰੀਫ ਹੋ ਜੇ, ਹੋ ਸਕਦਾ ਕੋਈ ਬਦਨਾਮੀ ਹੋ ਜੇ, ਇਹ ਜਿਹੜਾ ਇਹ ਚੱਲ ਪਿਆ, ਇਹ ਰਿਵਾਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਯਾਰ ਮੈਂ ਤਾਂ ਨਾ ਪਹਿਲਾਂ ਬਹੁਤ ਲਿਖੇ ਕਰਦਾ ਤਾ ਫੇਸਬੁੱਕ ਔਰ ਫੇਸਬੁੱਕ ਤੋਂ ਭੋਗ ਪਾਤਿਆ, ਮੈਂ ਬੰਦੇ ਕਰਤੀ ਜਮੇ ਦਿਖਦਾ ਨਹੀਂ ਕਿਸੇ ਨੂੰ, ਇੰਸਟਾਗ੍ਰਾਮ ਪਰ ਮੈਂ ਕਿਤੇ ਹੈ ਹੀ ਨਾ, ਮੈਨੂੰ ਬਹੁਤ ਬੰਦੇ ਪੁੱਛਾਂ, ਮੈਂ ਕਿਹਾ ਯਾਰ ਕੋਈ ਮਤਲਬ ਨਹੀਂ, ਕਹਿੰਦੇ ਯਾਰ ਬੰਦਾ ਨਾ ਭਾਅ ਜੀ ਕਹਿੰਦੇ ਬੰਦਾ ਨਾ ਕੰਟੈਕਟ ਵਿੱਚ ਰਹਿਣਾ, ਮੈਂ ਕਿਹਾ ਯਾਰ ਸ਼ੰਭੂ ਮੋਰਚੇ ਪਰ ਮੈਂ ਆ ਜਿਹੜੇ ਬੁੱਚੜਖਾਨੇ ਆ ਇਹਨਾਂ ਦੇ ਖਿਲਾਫ਼ ਬੋਲਿਆ ਤਾ, ਮੈਂ ਕਿਹਾ ਬਹੁਤ ਚੈਨਲ ਨੇ ਚਲਾਈ, ਬਹੁਤ ਹਜ਼ਾਰਾਂ ਪਤਾ ਨਹੀਂ ਕਿੰਨੇ ਬੰਦੇ ਨੇ ਦੇਖੀ, ਮੈਂ ਕਿਹਾ ਕਿਹੜੇ ਬੰਦੇ ਕਿੰਨੇ ਕੁ, ਮੈਂ ਕਿਹਾ ਆਪਣੇ ਹੋ ਗਏ ਆਪਾਂ ਨੂੰ, ਮੈਂ ਕਿਹਾ ਵਹਿਮ ਹੋ ਜਾ ਇੱਕ ਸਮਝੋ ਵੀ ਆਪਾਂ ਭੜਾਸ ਕੱਢਤੀ ਕਿੰਨੇ ਕੁ ਬੰਦੇ, ਮੈਂ ਕਿਹਾ ਔਰ ਜਿਹੜਾ ਆਪਾਂ ਸੋਸ਼ਲ ਮੀਡੀਆ ਬਾਤ ਕਰ ਰਹੇ ਹਾਂ, ਸੋਸ਼ਲ ਮੀਡੀਆ ਨੇ ਸਭ ਤੋਂ ਬੜਾ ਆਪਾਂ ਨੂੰ ਬਾਤ ਕਰਿਆ ਵੀ ਨੰਗੇ ਕਰਤੇ ਆ ਬੰਦੇ ਜਨਾਨੀਆਂ, ਕੋਈ ਮੁੱਦਾ ਹੀ ਨਹੀਂ ਰਿਹਾ। ਇੱਕ ਬੰਦੇ ਨੇ ਗੱਲ ਸੁਣਾਈ, ਕਹਿੰਦਾ ਬਈ ਪਹਿਲਾਂ ਜੇਠ ਭਰਜਾਈ ਦੇ ਰਿਸ਼ਤੇ ਕਿਹੋ ਜਿਹੇ ਹੋਏ ਤੇ, ਹੈ ਨੀ, ਬੜੇ ਸੰਗ ਸਰਮ ਵਾਲਾ, ਹੈ ਨੀ, ਪਹਿਲਾਂ ਖੰਗੂਰਾ ਵੀ ਮਾਰੇ ਗਏ, ਚਲੋ ਉਹ ਮੁੱਦਾ ਖਤਮ ਹੋ ਗਿਆ। ਕਹਿੰਦਾ ਹੁਣ ਇੱਕ ਦਿਨ ਕਿਹਾ ਹੋਇਆ ਵੀ ਭਰਜਾਈ ਨੇ ਸੂਟ ਪਾਇਆ, ਉਹਨੇ ਫੋਟੋ ਪਾ ਤੀ ਨੈੱਟ ਪਰ, ਪਾਣੀ ਰੋਜ਼ ਕੰਮ, ਕਹਿੰਦਾ ਜੇਠ ਨੇ ਜਦੋਂ ਅੰਗੂਠਾ ਖੜਾ ਕਰਤਾ, ਕਹਿੰਦਾ ਦੇਖੋ ਕਿੱਥੇ ਪਹੁੰਚ ਗਏ, ਜੇਠ ਨੇ ਅੰਗੂਠਾ ਖੜਾ ਕਰਤਾ, ਵੀ ਵਾਹ। ਸੋ ਸੋਸ਼ਲ ਮੀਡੀਆ ਨੇ ਮਾਨੂੰ ਨਾ ਮਤਲਬ ਕਿ ਉਹ ਕਹਿੰਦੇ ਸੰਗਾ ਸਰਮਾ ਆਪਣੇ ਪਾਸ ਹੋਏ ਕਰਦੀਆਂ ਯਾਰ, ਵੀ ਨਹੀਂ ਯਾਰ ਮਾਰੇ ਪਿੰਡ ਦਾ ਬੰਦਾ ਖੜਾ, ਸ਼ਰਮ ਹੁੰਦੀ ਸੀ, ਮਾਰੇ ਪਿੰਡ ਦਾ ਫਲਾਣਾ ਖੜਾ ਵੀ ਉਰੇ ਚੰਗੇ ਨਹੀਂ ਲੱਗਦੇ, ਉਹ ਸਭ ਖਤਮ ਕਰ ਖਤਮ ਕਰ। ਤੇ ਸਾਰੇ ਕਾਸੇ ਨੂੰ ਪ੍ਰਚਾਰਿਆ ਜਾ ਰਿਹਾ ਵੀ ਇਹ ਬੰਦੇ ਮਾਡਰਨ ਹੈ, ਮਾਡਰਨਿਟੀ ਹੈ, ਆਪਾਂ ਉਰੇ ਕੱਪੜੇ ਪਾ ਰਹੇ ਹਾਂ। ਮੈਂ ਕਹਿੰਦਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਮੈਂ ਕਾਮਰੇਡਾਂ ਲਹਿਰ ਚਲਾਈ ਵੀ ਕੁੜੀਆਂ 30 ਮਿੰਟ ਆਜ਼ਾਦ ਕਰਨੇ ਗੀ, ਉੱਥੇ ਜਾ ਕੇ ਦੇਖੋ ਤੁਹਾਨੂੰ ਬਹੁਤ ਚੱਲ ਰਿਹਾ ਹੈਗਾ ਲਹਿਰ। ਇਹਨੇ ਕੁੜੀ ਉੱਥੇ ਪਾਈ ਫਿਰੇ ਅਤੇ ਮੈਂ ਇਹਨੂੰ ਜਾਣਦਾ ਤਾ, ਪਹਿਲਾਂ ਇਹਨੂੰ ਮੈਂ ਇੱਕ ਦਿਨ ਕੁੜੀ ਨੂੰ ਮਿਲਿਆ ਉੱਥੇ ਲਾਇਬ੍ਰੇਰੀ ਮਾ, ਜਿਹੜੀ ਪਟਿਆਲੇ ਲਾਇਬ੍ਰੇਰੀ ਨੀ ਜੀ ਬੜੀ ਗੁਰਮੁਖ ਸਿੰਘ, ਉਹ ਮੈਨੂੰ ਕਿਹਾ ਜੀ ਮੈਂ ਥਾਰੀ ਲੈ ਵੀਡੀਓ ਦੇਖਾਂ ਵੀ ਥਾਰੀ ਬੋਲੀ ਵਾਲੀ ਹੈ, ਮੈਂ ਜਾਣਾ ਤੁਹਾਨੂੰ। ਮੈਂ ਕਿਹਾ ਠੀਕ ਹੈ ਚਲੋ ਵਧੀਆ, ਸੂਟ ਪਾਇਆ ਉਹਨੇ ਆਰਾਮ ਠੀਕ ਠਾਕ। ਉਹ ਅਗਲੇ ਦਿਨ ਮੈਨੂੰ ਕਿਸੇ ਬਹੁਤ ਦੇਰ ਭਾਈ ਵੀ ਹੁਣ ਮੇਲਾ ਲੱਗਿਆ ਤਾਂ ਆਪਾਂ ਯੂਨੀਵਰਸਿਟੀ ਮਿਲ ਗਈ ਭਾਈ, ਮੈਂ ਉਹ ਜਦੋਂ ਮੈਨੂੰ ਮਿਲਿਓ ਕਿਹਾ ਸਤਿ ਸ਼੍ਰੀ ਅਕਾਲ ਜੀ, ਮੈਂ ਸਤਿ ਸ਼੍ਰੀ ਅਕਾਲ ਜਾਂ ਮੈਂ ਦੇਖਿਆ ਮੇਰੀ ਹਾਸੀ ਆ ਗਈ, ਮੈਂ ਕਿਹਾ ਇਹ ਕੀ ਚੀਜ਼ ਅਜੀਬ, ਉਹਨੇ ਅਜੀਬੋ ਗਰੀਬ ਕੱਪੜੇ ਅਤੇ ਵਾਲ ਕਟਾਏ ਵੀ ਸਾਰਾ ਕੁਛ ਕਰਿਆ ਵਾ, ਅਤੇ ਮੈਂ ਕਿਹਾ ਵੀ ਇਹ ਕਿਆ ਹੋ ਗਿਆ? ਕਹਿੰਦੇ ਕੁਛ ਨਹੀਂ ਹੋਇਆ ਵੀ ਇਹ ਤਾਂ ਦੁਨੀਆ ਕਹਿੰਦੇ ਬਦਲ ਰਹੀ ਹੈ। ਮੈਂ ਕਿਹਾ ਅੱਛਾ ਬਦਲ ਰਹੀ ਹੈ ਸਹੀ ਹੈ, ਪਰ ਮੈਂ ਕਿਹਾ ਇੱਕ ਵਾਰ ਦੱਸੋ ਮੈਨੂੰ, ਆਪਾਂ ਕਹਾਂ ਵੀ ਪੰਜਾਬ ਮਾ ਦੁਨੀਆ ਬਦਲ ਰਹੀ ਹੈ, ਆਪਾਂ ਕੱਪੜੇ ਉਹਨਾਂ ਦੇ ਪਾ ਰਹੇ ਹਾਂ, ਬੰਦੇ ਚਾਹੇ ਤੀਵੀਆਂ ਸਾਰੇ ਹੀ। ਮੈਂ ਕਿਹਾ ਯਾਰ ਸਵਿਟਜ਼ਰਲੈਂਡ ਦੇ ਵਿੱਚ, ਹੋਲੈਂਡ ਦੇ ਵਿੱਚ, ਪੋਲੈਂਡ ਦੇ ਵਿੱਚ ਕੋਈ ਜਨਾਨੀ ਆਪਣੇ ਵਾਲੇ ਕੱਪੜੇ ਕਿਉਂ ਨਹੀਂ ਪਾਉਂਦੀ, ਝੱਗਾ ਸੁੱਥਣ ਕਿਉਂ ਨਹੀਂ ਪਾਉਂਦੀ? ਬਦਲ ਰਹੀ ਹੈ ਨਾ, ਮਾਰੇ ਉਹਨਾਂ ਨੂੰ ਪਾਉਣੇ ਚਾਹੀਦੇ, ਹਮੇ ਉਹਨਾਂ ਕੇ ਪਾਵੇ, ਹਮੇ ਪੀਜ਼ੇ ਬਰਗਰ ਖਾ ਰਹੇ ਉਹਨੂੰ ਮਾਰਾ ਸਾਗ ਖਾਣਾ ਚਾਹੀਦਾ, ਉੜਦਾਂ ਦੀ ਦਾਲ ਖਾਣੀ ਚਾਹੀਦੀ। ਮੈਂ ਬੰਦਿਆਂ ਨੂੰ ਕਿਹਾ ਕਿੰਨਿਆਂ ਨੂੰ, ਜਿਹੜੇ ਪੰਜਾਬੀ ਦੇ ਸਿਰ ਪਰ ਰੋਟੀਆਂ ਪਾਲ ਰਹੇ ਯੂਨੀਵਰਸਿਟੀ ਨੂੰ ਬੈਠੇ ਆ, ਮੈਂ ਕਿਹਾ ਯਾਰ ਥਵੇਂ ਚਾਦਰਾਂ ਚੂਦਰਾਂ ਲਾਇਆ ਕਰੋ, ਕੁੜਤਾ ਪਜਾਮਾ ਹੀ ਪਾ ਲਿਆ, ਕੁੜਤਾ ਝੱਗਾ ਹੀ ਪਾ ਲਿਆ ਕਰੋ, ਉਹਨਾਂ ਨੇ ਉਹ ਇਸ ਤਰ੍ਹਾਂ ਫਲਾਉਣਾ ਢੋਕਾਉਣਾ, ਇਸ ਤਰ੍ਹਾਂ ਆਪਾਂ ਤਾਂ ਆਪਣੇ ਆਪ ਦੇ ਮੁਨਕਰ ਹੈ ਯਾਰ, ਆਪਾਂ ਨੂੰ ਤਾਂ ਹੁਣ ਲੱਗ ਗਿਆ ਮਾਨੂੰ ਵੀ ਮਾਰਾ ਨਾ ਸਾਰਾ ਕੁਛ ਗਲਤ ਹੈ, ਇਹਨੂੰ ਠੀਕ ਕਰਿਆ ਜਾਵੇ, ਗੱਲ ਇਹ ਮੁੱਕ ਗਈ ਰਿਹਾ ਗੱਲ, ਸਾਰਾ ਕੁਛ ਜੋ ਜੰਮਣੇ ਤੇ ਲੇਗਾ ਮਰਨੇ ਤੱਕ, ਮਾਰਾ ਰਸਮਾਂ ਕਸਮਾਂ ਪਸਮਾਂ ਵਿਆਹ ਉਹ ਸਾਰਾ ਕੁਛ। ਹੁਣ ਅੱਛਾ ਇਹ ਜਿਹੜਾ ਅੰਗੂਠੀ ਪਾਉਣ ਵਾਲਾ ਕੰਮ ਨਹੀਂ, ਜਿਹੜਾ ਮੰਗਣਾ ਕਰਾਂ ਕੁੜੀ ਮੁੰਡੇ ਦਾ, ਇਹ ਤਾਂ ਮਾਰੇ ਟਾਈਮ ਕੀ ਪਾ ਦਾ, ਅਰੇ ਅਸਾਈਆਂ ਦਾ ਵਿਆਹ ਹੈ, ਅਸਾਈ ਜਾਂ ਵਿਆਹ ਕਰਾਂ ਅੰਗੂਠੀ ਪਾਵਾਂ, ਇਹ ਮੰਗਣੇ ਮੇ ਲਿਆ, ਮੰਗਣੇ ਮੇ ਵਿਆਹ ਕਰਤਿਆ, ਅਸਾਈ ਰਸਮ ਹੈ ਇਹ ਜਿਹੜੀ ਉਰੇ ਲੈ ਕੇ ਆਏ। ਸੋ ਯਾਰ ਕਿੱਥੇ ਖੜੇਗੇ ਜਾ ਕੇ ਜੀ, ਲੱਗਦਾ ਨਹੀਂ ਕੋਈ ਜੀ। ਕਿੰਨੇ ਕੁ ਮਿੰਟ ਕੀ ਹੋ ਗਈ ਬਾਈ ਜੀ? ਬਹੁਤ ਮਿੰਟਾਂ ਦੀ ਹੋ ਗਈ। ਹੋਰ ਕੋਈ ਚੰਗੇੜਾ ਸੁਣਨਾ ਸੁਣ ਲਿਓ, ਚੰਗੇੜਾ ਤੁਸੀਂ ਦੱਸ ਦਿਓ। ਉਹ ਦੇਖੋ ਕੈਮਰਾਮੈਨ ਕਹਿੰਦਾ ਚੱਲੀ ਜਾਣ ਦੋ ਚੰਗੇੜੇ ਤੇ ਚੰਗੇੜਾ। ਤੁਹਾਨੂੰ ਲੱਗਦਾ, ਮੈਂ ਇੱਕ ਹੋਰ ਥੋੜ੍ਹਾ ਜਿਹਾ ਸਵਾਲ ਆ ਹੈਗਾ ਤਾਂ ਚਲੋ ਇਹ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਉਹ ਰੁਚੀ ਰੱਖਦੇ ਨੇ, ਜੇ ਰਾਜਨੀਤਿਕ ਪੱਖ ਤੋਂ ਇੱਥੇ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਦਾ ਗਾ ਵੀ ਜਿਹੜਾ ਰਾਜਨੀਤੀ ਵਾਲਾ ਖੇਡਾ ਗਾ, ਇਹ ਤੁਹਾਨੂੰ ਕੀ ਲੱਗਦਾ ਗਾ ਪੰਜਾਬ, ਤੁਹਾਨੂੰ ਐਂ ਲੱਗਦਾ ਵੀ ਰਾਜਨੀਤਿਕ ਆਗੂ ਜਾਂ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਪੰਜਾਬ ਨੂੰ ਕੋਈ ਆਗੂ ਚਾਹੀਦਾ, ਕੋਈ ਚਿਹਰਾ ਚਾਹੀਦਾ, ਇਸ ਵਿਸ਼ੇ ਦੇ ਉੱਤੇ ਤੁਸੀਂ ਕੀ ਸੋਚਦੇ? ਯਾਰ ਅਸਲ ਮੈਂ ਨਾ ਪੰਜਾਬ ਦਾ ਆਗੂ ਜਿਹੜਾ ਹੈਗਾ ਨਾ ਉਹ ਘੀਸੀਆਂ ਕਰਨੇ ਵਾਲਾ ਨਹੀਂ ਹੋਣਾ ਚਾਹੀਦਾ, ਇਹ ਘੀਸੀਆਂ ਹੀ ਕਰ ਰਹੇ ਦਿੱਲੀ ਕੇ ਮੂਹਰੇ। ਆਹ ਭਗਵੰਤ ਮਾਨ ਝੰਡਾ ਅਮਲੀ ਬਣਿਆ ਵਾ ਤਾਂ ਪਹਿਲਾਂ ਬੜਾ ਉਹ ਟੋਕਰਾ ਜਾ ਕੇ ਪਰਨਾ 'ਚ ਬੰਨ ਕੇ ਖੁੰਡਾ ਲਈ ਨਹੀਂ ਫਿਰ ਜਾਂਦਾ, ਉਹ ਲੀਡਰਾਂ ਦਾ ਮਜ਼ਾਕ ਉਡਾਉਣਾ, ਉਹ ਫਲਾਣਾ ਚੋਰ ਹੈ, ਫਲਾਣਾ ਪੁਲਿਸ ਵਾਲਿਆਂ ਦੀ ਗੱਡੀ ਲੰਘਦੀ ਹੈ, ਉੱਥੇ ਲੋਕਾਂ ਦੇ ਡੰਡੇ ਪੈਣੇ ਹੈ। ਇਹਦੇ ਕੋਲ 1000 ਬੰਦਾ ਹੁੰਦਾ ਜਿਹੜਾ ਕੱਲ੍ਹ ਝੰਡਾ ਅਮਲੀ ਦਾ, ਅੱਜ ਕੱਲ੍ਹ ਡੰਡਾ ਅਮਲੀ ਹੈ, 1000 ਮੁਲਾਜ਼ਮ। ਮੈਂ ਇੱਕ ਵਾਰ ਇੱਕ ਜਗ੍ਹਾ ਗਿਆ, ਉੱਥੇ 1000 ਮੁਲਾਜ਼ਮ ਲੱਗਿਆ ਵਾ, ਅਤੇ ਇਹ ਵਿਚਾਰਾ ਤਾਂ ਕੁਛ ਕੇ ਨਹੀਂ ਸਕਦਾ, ਕੇਜਰੀਵਾਲ ਬੈਠੇ ਚੱਡਾ ਬੈਠਿਆ, ਇਹ ਤਾਂ ਬਸ ਭਗਤ ਹੈ, ਕਦੇ ਇੱਧਰ ਨੂੰ ਚਲੇ ਕਦੇ ਇੱਧਰ ਨੂੰ ਚਲੇ ਗਿਆ, ਹੁਣ ਇਹਦਾ ਵਿਆਹ ਕਰ ਪਿਆ, ਹੁਣ ਵਿਚਾਰਾ ਉੱਧਰ। ਸੋ ਜਿਹੜੇ ਪੰਜਾਬ ਦੇ ਆਗੂ ਹੈ ਨਾ, ਜਦ ਤੱਕ ਉਹ ਪੰਜਾਬ ਕੇ ਨਹੀਂ, ਤਾਮਿਲਨਾਡੂ ਵਾਲੇ ਯਾਰ, ਤਾਮਿਲਨਾਡੂ ਨੇ ਵਿਧਾਨ ਸਭਾ ਮਤਾ ਪਾਸ ਕਰਿਆ, ਮੈਂ ਸ਼ਾਇਦ ਸੁਣਿਆ ਵੀ ਉਹ ਜਿਹੜੇ ਰਾਜੀਵ ਗਾਂਧੀ ਉਹਦੇ ਮਤਾ ਪਾਸ ਕਰਿਆ,
ਇਹਨੇ ਕਿਹਾ ਹੈ ਹਿੰਮਤ ਹਾਂ ਇਹ ਤਾਂ ਸਾਰੀ ਸਤਾਵਾਂ ਪੂਰੀਆਂ ਕਰ ਚੁੱਕੇ ਨਾਲੇ ਪਤਾ ਲੱਗ ਜੂ ਕਿਹੜਾ ਗਾ ਪੰਜਾਬ ਦਾ ਪੰਜਾਬ ਦਾ ਹਾਂ ਅੱਛਾ ਪਹਿਲਾਂ ਨਾ ਸੱਤ ਇਹਨੇ ਖੈਰੇ ਨੇ ਕਿਹਾ ਤਾ ਮੈਂ ਇੱਕ ਵਾਰ ਖੈਰੇ ਕਿਹਾ ਨਾ ਕਿਸੇ ਕੋ ਯਾਰ ਮਤਲਬ ਕੋਈ ਦੀਨਮਾਨ ਲੱਗਦੇ ਨਹੀਂ ਖੈਰੇ ਨੇ ਕਿਹਾ ਤਾ ਵੀ ਹਮੇ ਉਹ ਮਤਾ ਲੈ ਕੇ ਆਵੇਂਗੇ ਵੀ ਪੰਜਾਬ ਆ ਪੰਜਾਬੀਆਂ ਦੇ ਬਾਅਦ ਬਹਾਲੀ ਨੌਕਰੀ ਤਬਾਹੀ ਹੈ ਮੌਤ ਹੈ ਮਾਰੀ ਭਗਵੰਤ ਮਾਨ ਨੇ ਕਿੰਨੇ ਨੂੰ ਦੇ ਰਾਜਸਥਾਨ ਕੇ ਬੰਦੇ ਭਰਤੀ ਕਰੇ ਨੇ ਕਿੰਨੇ ਭਰਤੀ ਕਰ ਲਏ ਹੋਰ ਕਿੰਨੇ ਰਾਜਾਂ ਕੇ ਥਮੇ ਹਿਮਾਚਲ ਵੜ ਕੇ ਦਿਖਾਓ ਪਰਚੀ ਕੱਟਾਂ ਗੁਰਦੁਆਰਾ ਨਾ ਗੁਰੂ ਕਾ ਲਾਹੌਰ ਹੈ 2 ਕਿਲੋਮੀਟਰ ਅੰਦਰ ਜਾ ਕੇ ਹਿਮਾਚਲ ਵੀ ਪੰਜਾਬ ਦਾ ਅੰਦਰ ਹੈ ਉੱਥੇ ਪਰਚੀ ਕੱਟਣੀ ਪਈ ਸਰਕਾਰੀ ਪਰਚੀ 40 ਰੁਪਏ ਕੱਢ ਉਰੇ ਕੋਈ ਆ ਰਿਹਾ ਆਧਾਰ ਕਾਰਡ ਉਹ ਯਾਰ ਮੈਂ ਇੱਕ ਦਿਨ ਰਾਜਪੁਰੇ ਖੜਿਆ ਬਾਈਪਾਸ ਪਰ ਉੱਥੇ ਨਾ ਮੰਗਤੀਆਂ ਜਿਹਨਾਂ ਦਾ ਕੋਈ ਆ ਨਾ ਇਸ ਤਰ੍ਹਾਂ ਇਹਦਾ ਆਪਾਂ ਤੰਬੂ ਲਾਏ ਵੀ ਊਂ ਹੀ ਰਹਿ ਰਹੀਆਂ ਕਿਤੇ ਝੁੱਗੀਆਂ ਪਤਾ ਹੀ ਨਹੀਂ ਕਿੱਥੇ ਰਹਾਂ ਉਹ ਕਹਿ ਰਹੀਆਂ ਵੀ ਮਾਨੇ ਸਰਕਾਰੀ ਬੱਸ ਮੈਂ ਜਾਣਾ ਵਾ ਕਾਸਤੇ ਮੈਂ ਕਿ ਚੱਕਰ ਕਹਿੰਦੇ ਆਧਾਰ ਕਾਰਡ ਮੁਫਤ ਯਾਰ ਮੰਗਤਿਆਂ ਕੇ ਚੌਲ ਯਾਰ 50-25-30 ਘੰਟੇ ਕੇ ਵਿੱਚ ਨਾ ਪੰਜਾਬ ਮੰਗ ਆਧਾਰ ਕਾਰਡ ਬਣ ਜਾ ਕਿਸੇ ਵੀ ਪੂਰਬੀ ਹੈਗਾ ਤੇ ਭਰਤੀ ਕਰ ਰਿਹਾ ਡੰਡਾ ਝੰਡਾ ਕਹਿ ਲਓ ਡੰਡਾ ਅਮਲੀ ਕਹਿ ਲਓ ਕੁਛ ਕਹਿ ਲਓ ਕਹਿੰਦੇ ਆਪ ਕਹੇ ਕਰਦਾ ਮੈਂ ਮਜ਼ਾਕ ਉਡਾਵੇ ਤਾਂ ਇਹ ਤਾਂ ਆਪ ਪੰਜਾਬ ਦਾ ਮਜ਼ਾਕ ਉਡਵਾ ਰਿਹਾ ਸੋ ਯਾਰ ਇਹ ਰਾਜਨੀਤੀ ਤਾਂ ਜਦ ਤੱਕ ਪੰਜਾਬ ਦਾ ਕੋਈ ਕਹਿੰਦਾ ਨਹੀਂ ਕੋਈ ਉਹ ਹੈ ਨਹੀਂ ਤੇ ਬਾਬੇ ਜਿਹੜੇ ਪੁਰਾਣੇ 17ਵੀਂ ਸਦੀ ਮੈਂ ਯਾਰ ਪਤਾ ਕਿਆ ਸਲਮਾਨਾ ਫਿਰ ਉਹੀ ਗੱਲ ਆ ਗਈ ਉਹ ਬਾਬੇ ਹੋਰ ਤੇ ਕਛਹਿਰਾ ਪਾਇਆ ਵਾ ਕੱਲਾ ਘੋੜਾ ਯਾਰ ਸ਼ਸਤਰ ਹੈ ਉੱਪਰ ਤੇ ਨੰਗੇ ਤੇ ਧੜ ਤੇ ਤਲੇ ਦੇ ਨੰਗੇ ਅਬਦਾਲੀ ਵਰਗੇ ਨੂੰ ਕਾਂਬਾ ਚੜੇ ਕਰੇ ਦਾ ਇਹ ਰੇਂਜ ਰੋਵਰਾਂ ਪਤਾ ਨਹੀਂ ਸਫਾਰੀਆਂ ਫਰਾਰੀਆਂ ਇਹ ਮੈਨੂੰ ਆਪ ਕਾਂਬਾ ਚੜ ਰਿਹਾ ਬੇਅਣਖੀ ਨਹੀਂ ਹੋ ਗਈ ਜਿਹੜੇ ਭਈਆਂ ਦੇ ਨਾਂ ਪਰ ਸਰਪੰਚ ਬਣ ਰਹੇ ਉਹ ਭਰਤੀ ਕਰ ਰਿਹਾ ਉਹ ਵੀ ਤਾਂ ਬਰਾਬਰ ਹੋ ਗਿਆ ਜੀ ਕਿ ਨਹੀਂ ਸਹੀ ਸੋ ਰਾਜਨੀਤੀ ਉਹ ਕਰੇਗਾ ਜਿਹੜਾ ਉਹ ਕਿਹਾ ਤਾ ਬਾਬੇ ਦਾ ਨਾਂ ਭੁੱਲ ਗਿਆ ਜਿਹਨਾਂ ਨੂੰ ਆਪਣੇ ਨਵਾਬੀ ਦੇਈ ਸੀ ਨਵਾਬ ਕਪੂਰ ਸਿੰਘ ਉਹ ਕਹਿੰਦੇ ਘੋੜਿਆਂ ਦੇ ਲਿੱਦੇ ਚੱਕਣੇ ਦੇ ਨੇ ਮੈਨੂੰ ਰੋਕਿਓ ਇਹੋ ਜਿਹੇ ਸੂਰਮੇ ਚਾਹੀਦੇ ਜੀ ਤੇ ਦਿੱਲੀ ਦੇ ਗੋਡਣ ਯਾਰ ਤਾਮਿਲਨਾਡੂ ਵਾਲਿਆਂ ਨੇ ਪਿੱਛੇ ਕਰਨਾਟਕ ਵਾਲੇ ਦਾ ਮੈਨੂੰ ਲੱਗਦਾ ਆਪਣਾ ਝੰਡਾ ਹੀ ਚੱਕੀ ਫਿਰ ਰਹੇ ਦੇ ਪਿੱਛੇ ਰੌਲਾ ਪਿਆ ਵੀ ਕਰਨਾਟਕ ਵਾਲਿਆਂ ਨੇ ਝੰਡਾ ਚੜਾ ਲਿਆ ਆਪਣਾ ਹੀ ਉਹ ਤਾਂ ਯਾਰ ਪੰਜਾਬ ਹਿੰਦੀ ਕਿਉਂ ਪਰ ਅੱਗ ਲਾ ਦੇ ਹੈ ਪੂਰੇ ਪੰਜਾਬ ਮੈਂ ਕਿਆ ਹੋ ਰਿਹਾ ਉੱਧਰ ਨਾ ਹਿੰਦੂ ਸ਼ਿਵ ਸੈਨਾ ਬਾਲ ਠਾਕਰੇ ਨੇ ਕਿਆ ਕਰਿਆ ਵੀ ਪ੍ਰਵਾਸੀ ਜਿਹੜੇ ਆਏ ਵੇ ਤੇ ਉਹਨਾਂ ਨੇ ਭਜਾਏ ਉਹਨਾਂ ਦਾ ਨਾਰਾ ਵੀ ਮਹਾਰਾਸ਼ਟਰ ਮਰਾਠਿਆਂ ਦਾ ਗੁਜਰਾਤ ਦੇ ਵਿੱਚ ਪਿੱਛੇ ਕਰੋਨਾ ਮੈਂ ਇੱਕ ਖਬਰ ਆਈ ਮੈਂ ਪੜ੍ਹੀ ਸੁਣੀ ਅਖਬਾਰ ਮਾਧੀ ਮੈਂ ਫੋਟੋ ਖਿੱਚੀ ਉਹ ਜਿਹੜੇ ਪ੍ਰਵਾਸੀ ਹੈ ਪੂਰਬੀ ਹੈ ਉਹ ਕਹਿ ਰਹੇ ਮਾਰੀ ਗੁਜਰਾਤੀਆਂ ਨੇ ਕਟਾਈ ਕਰੀ ਵੀ ਹਿੰਦੀ ਬੋਲ ਰਹੇ ਤੇ ਗੁਜਰਾਤੀਆਂ ਨੇ ਤੇ ਪੰਜਾਬ ਮਾ ਕਿਆ ਹੋ ਰਿਹਾ ਉਹ ਸੂਰੀ ਕੇ ਮਰਨੇ ਦੇ ਬਾਅਦ ਜਿਹੜੀ ਉਸਦੀ ਪਾਰਟੀ ਪਤਾ ਕਿਹੜੀ ਹੈ ਉਸਦੀ ਸ਼ਿਵ ਸੈਨਾ ਉਹ ਹਿੰਦੀ ਮਾ ਚੱਕੀ ਫਿਰ ਰਹੇ ਆ ਫੱਟੇ ਕਹਿੰਦਾ ਵੀ ਮਾਰੋ ਕਰੋ ਉਹ ਮੁੱਦਾ ਵੱਖਰਾ ਵੀ ਕਿਆ ਹੋ ਰਿਹਾ ਮਹਾਰਾਸ਼ਟਰ ਚ ਤਾਂ ਜੇ ਕੋਈ ਕਲਾਕਾਰ ਪੁੱਠਾ ਸਿੱਧਾ ਬੋਲਦੇ ਖਿੱਚ ਦਿੰਦੇ ਆ ਇਹ ਤਾਂ ਇਹ ਕਦੇ ਪੰਜਾਬ ਉਹ ਤਾਂ ਕਲਾਕਾਰ ਵੀ ਭੱਜ ਨਹੀਂ ਸਕਦਾ ਅਸਲ ਲੋਕ ਮਾਰੇ ਆਪ ਉਹ ਹੈ ਨਾ ਯਾਰ ਉਹ ਕਹਿੰਦੇ ਨਹੀਂ ਨਹੀਂ ਯਾਰ ਵਧੀਆ ਹੈ ਕੋਈ ਮੁੱਦਾ ਨਹੀਂ ਪੰਜਾਬ ਖੜੇ ਆਪਣੇ ਤਾਂ ਇੱਥੇ ਆ ਵੀ ਅੱਧੇ ਕਹਿ ਦਿੰਦੇ ਵੀ ਗਰਮ ਗੱਲ ਕਰਨੀ ਚਾਹੀਦੀ ਅੱਧੇ ਕਹਿੰਦੇ ਨਰਮ ਕਰਨੀ ਚਾਹੀਦੀ ਆ ਪਤਾ ਹੀ ਨਹੀਂ ਲੱਗਦਾ ਯਾਰ ਮੈਂ ਨਾ ਗਰਮ ਕਰ ਜੇ ਨਰਮ ਕਰ ਪੰਜਾਬ ਕੀ ਤਾਂ ਕਰ ਤੂੰ ਗਰਮ ਨਰਮ ਛੱਡ ਦੇ ਪੰਜਾਬ ਕੀ ਗੱਲ ਕਰ ਯਾਰ ਪੰਜਾਬ ਦੀ ਤਾਂ ਕਰ ਦੇ ਤੇ ਗਾਉਣ ਵਾਲੇ ਆ ਫਿਲਮ ਵਾਲੇ ਆ ਇਹਨਾਂ ਤੇ ਕਦਕ ਇਹ ਤਾਂ ਆਪ ਸੋਚ ਰਹੇ ਵੀ ਇਹਨਾਂ ਮੈਨੂੰ ਮੁੱਖ ਮੰਤਰੀ ਬਣ ਜਾ ਹਾਂ ਇਹ ਵੀ ਸੋਚਦੇ ਆ ਇਹਨਾਂ ਬੰਦੇ ਸੋਚਦੇ ਹੋਣੀ ਮੈਂ ਹੀ ਨਾ ਬਣ ਜਾ ਹੈਨੀ ਇਹਨਾਂ ਬੰਦੇ ਤੜੇ ਤੁੜੇ ਜੇ ਬਣਾ ਲਿਆ ਨਾ ਵਿੱਚ ਉਹ ਹੁਣ ਬਣ ਗਿਆ ਨਾ ਇੱਕ ਤਾਂ ਲੱਗਦਾ ਉਹ ਵੀ ਉੱਧਰ ਹੀ ਤਾਂ ਆ ਦੇਖੋ ਇਹ ਉੱਧਰ ਕਿੰਨੇ ਡਰਾਮੇ ਕਰੇ ਕਰਦਾ ਤਾ ਮੈਂ ਪੰਜਾਬ ਵਾਸਤੇ ਨਹੀਂ ਸਾਰੀਆਂ ਜਿੰਨੀਆਂ ਵੀ ਸੀਗੀਆਂ ਰੀਲਾਂ ਹੀ ਆਈਆਂ ਹਾਸੇ ਵਾਲੀ ਸਾਰਾ ਕੁਛ ਹੀ ਰੌਲਾ ਤਾ ਸਾਰਾ ਦਿਨ ਵੀ ਇਹ ਸਾਰਾ ਗਲਤ ਹੈ ਮੈਂ ਠੀਕ ਕਰ ਦਿਆਂਗਾ ਤੇ ਬਾਹਰ ਕੇ ਬੰਦੇ ਭਰਤੀ ਕਰ ਰਿਹਾ ਮਹਾਰਾਜ ਭੋਗ ਹੀ ਪੈਣਾ ਫਿਰ ਉਹ ਪਹਿਲਾਂ ਕੈਪਟਨ ਨੇ ਬਾਦਲ ਨੇ 300 ਬੰਦਾ ਉੱਥੇ ਦਾ ਭਰਤੀ ਕਰਿਆ ਆਪਣੇ ਕਿੱਥੇ ਗਾ ਬਾਹਰ ਗਾ ਮੁੱਖ ਮੰਤਰੀ ਦੇ ਰਾਖੇ ਜਿਹੜੇ ਸਲਾਹਕਾਰ ਉਹ ਭਰਤੀ ਕਰੇ ਦੱਸੋ ਮਨਜੀਤ ਭਾਈ ਬਹੁਤ ਗੱਲਾਂ ਹੋ ਗਈਆਂ ਪਰ ਇਹ ਮੈਂ ਜ਼ਰੂਰ ਕਹੂੰਗਾ ਦੇਖਣ ਵਾਲੇ ਲੋਕਾਂ ਨੂੰ ਵੀ ਚਾਹੇ ਹਾਸੀ ਮਜ਼ਾਕ ਕਰ ਲਿਓ ਦੇਖ ਕੇ ਤੁਸੀਂ ਸੋਚਿਓ ਜ਼ਰੂਰ ਬਹੁਤ ਕੁਛ ਇਹ ਮੇਰੇ ਮੂੰਹ 'ਤੇ ਵੀ ਅਤੇ ਬਹੁਤ ਸਾਰੇ ਦੇਖਣ ਵਾਲਿਆਂ ਦੇ ਮੂੰਹ 'ਤੇ ਬਹੁਤ ਸਖ਼ਤ ਚਪੇੜ ਆ ਅਤੇ ਇੱਕ ਸੱਚੀ ਗੱਲ ਹੈ ਜਿੰਨੀਆਂ ਵੀ ਕਹੀਆਂ ਗਈਆਂ ਚਾਹੇ ਉਹ ਬੋਲੀ ਨੂੰ ਲੈ ਕੇ ਕਹੀਆਂ ਗਈਆਂ ਹੋਣ ਚਾਹੇ ਉਹ ਰਾਜਨੀਤੀ ਗੱਲਾਂ ਚਾਹੇ ਉਹ ਸਾਡੇ ਵਾਲੇ ਮਹਿਕਮੇ ਦੀ ਪੱਤਰਕਾਰੀ ਦੀ ਗੱਲ ਹੋਵੇ ਮਨਜੀਤ ਬਾਈ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਫਿਰ ਕਿਸੇ ਦਿਨ ਬੈਠਾਂਗੇ ਅਤੇ ਚੰਗੇੜੇ ਕੱਢਾਂਗੇ ਬਾਤ ਨਹੀਂ ਹੋਏ ਜੀ ਆਪਣੇ ਮੈਂ ਇੱਕੋ ਚੀਜ਼ ਹੁੰਦੀ ਹੈ ਸਮਾਂ ਹੀ ਹੈ ਹੋਰ ਕੁਛ ਨਹੀਂ ਉਹ ਯਾਰ ਮੈਂ ਨਾ ਬੋਲੀ ਬਾਰੇ ਇੱਕ ਆਖਰੀ ਗੱਲ ਮੈਂ ਕਹਿਣਾ ਜੀ ਜ਼ਰੂਰ ਥਰ ਤੇ ਕੋਈ ਵੀ ਥਾਰੀ ਬੋਲੀ ਨਹੀਂ ਖੋ ਸਕਦਾ ਹਾਂ ਜੇ ਥਾਰੇ ਪਹਿਲਾਂ ਮੈਂ ਕਰੀ ਮੈਨੂੰ ਤਾਂ ਕਿੰਨੇ ਕੋਈ ਮੈਂ ਤਾਂ ਉਲਟਾ ਇਸ ਬੋਲੀ ਕਰਕੇ ਹੀ ਮੇਰੇ ਸਾਗਰ ਸੂਰਤ ਵਾਲਾ ਦਾ ਮੁੱਦਾ ਹੀ ਸਰੀਰ ਖਤਮ ਹੈ ਉਹ ਇੱਕ ਦਿਨ ਇੱਕ ਬੰਦਾ ਕਹਿ ਰਿਹਾ ਕਹਿੰਦਾ ਯਾਰ ਤੂੰ ਸਿਆਲਾ ਆਇਆ ਤੇ ਚਾਦਰਾਂ ਲਾਏ ਕਰ ਕਹਿੰਦਾ ਤੈਂ ਮਰ ਮੁਰ ਜਾਣਾ ਕਹਿੰਦਾ ਹੱਡ ਕੜਕ ਰਹੇ ਸੋ ਸਿਆਲੇ ਮੈਂ ਬੰਦ ਕਰਤਾ ਹੁਣ ਗਰਮੀ ਆ ਗਈ ਫੇਰ ਲਾਤਿਆ ਸੋ ਯਾਰ ਜੇ ਬੋਲੀ ਹੈ ਚਾਹੇ ਥਾਰਾ ਕੁਛ ਵੀ ਹੈ ਕੋਈ ਨਹੀਂ ਥਰ ਤੇ ਖੋ ਸਕਦਾ ਜੀ ਜੇ ਥਵੇਂ ਖੜੇ ਹੈ ਜੀ ਜੇ ਥਵੇਂ ਕੋਡੇ ਹੋਏ ਵੇ ਤਾਂ ਬੰਦੇ ਨੇ ਸਾਰੇ ਪਰ ਕਾਠੀ ਪਾਣੀ ਹੈ ਕਾਠੀ ਪਾਣੀ ਗਣਗੇ ਦਾ ਕੋਡਾ ਪੂਰੇ ਜਿੰਨੇ ਵੀ ਆਪਣੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਹੈ ਸਭ ਕੇ ਘਰਾਂ ਦੇ ਮੂਹਰੇ ਕਿਤੇ ਪੰਜਾਬੀ ਨਹੀਂ ਲਿਖੀ ਗਈ
ਕੋਈ ਤੁਹਾਨੂੰ ਸਰਕਾਰ ਥੋੜ੍ਹੀ ਰੋਕ ਰਹੀ ਹੈ ਕੌਣ ਰੋਕ ਰਿਹਾ ਤੁਹਾਨੂੰ ਆਪ ਹੀ ਕਹਿ ਰਹੇ ਹਾਂ ਵੀ ਮਹਾਰੀ ਜਿਹੜੀ ਗੁਰੂ ਨੇ ਜਿਹੜੀ ਲਿਪੀ ਮੈਂ ਲਿਖੀ ਹੈ ਹਮੇ ਉਸਨੂੰ ਮੰਨਦੇ ਹੀ ਨਹੀਂ ਜੀ ਸੋ ਜਿਉਂਦੇ ਰਹੋ ਰੱਬ ਰਾਖਾ ਥਾਰੀਆਂ ਵੇਲਾਂ ਹਰੀਆਂ ਰਹੇ ਜੀ ਧੰਨਵਾਦ।